ਹੈਲੋ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਅਤੇ ਦੋਸਤ ਮੋਨੀ ਗਿੱਲ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਮੈਂ ਹਾਂ ਕੁਲਦੀਪ ਗਿੱਲ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਰੇਡੀਓ ਪ੍ਰੋਗਰਾਮ ਜਿਹਦਾ ਅਸਲ ਚਨਾਰ ਰੰਗਦੇ ਹੈ ਔਨ ਮਾਈ ਟੀਵੀ ਰੇਡੀਓ। ਜੀ ਬਿਲਕੁਲ, ਔਰ ਅੱਜ ਜਿਸ ਤਰ੍ਹਾਂ ਤੁਸੀਂ ਸਾਡੀ ਸਕਰੀਨ 'ਤੇ ਦੇਖ ਸਕਦੇ ਹੋ, ਇੱਕ ਬਹੁਤ ਹੀ ਸਪੈਸ਼ਲ ਸ਼ਖਸੀਅਤ ਕਹਿ ਸਕਦੇ ਹਾਂ, ਔਰ ਸਾਡੇ ਖਾਨਦਾਨ ਦੇ ਆਨ ਬਾਨ ਸ਼ਾਨ ਨੇ, ਭਾਈ ਗੁਰਦਰਸ਼ਨ ਸਿੰਘ ਜੀ, ਜਿਹੜੇ ਕਿ ਮੈਰੀਲੈਂਡ ਗੁਰਦੁਆਰਾ ਸਾਹਿਬ 'ਚ ਸੇਵਾ ਵੀ ਕਰਦੇ ਨੇ, ਔਰ ਬੜੀ ਸਾਰੀ ਸਾਧ ਸੰਗਤ ਨੂੰ ਉਹਨਾਂ ਨੇ ਗੁਰੂ ਦੇ ਪਾਸੇ, ਰੱਬ ਦੇ ਪਾਸੇ, ਗੁਰਮਤ ਦੇ ਪਾਸੇ ਲਾਇਆ। ਸਾਡੇ ਭਾਗ ਨੇ ਕਿ ਸਾਡੇ ਖਾਨਦਾਨ 'ਚ ਜਾਂ ਸਾਡੀ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਇਨਸਾਨ ਹੈ ਜਿਹਨੂੰ ਕਿ ਅਸੀਂ ਜਦੋਂ ਵੀ ਸਾਨੂੰ ਲੋੜ ਹੁੰਦੀ ਹੈ ਕਿਸੇ ਚੀਜ਼ ਦੀ, ਕੁਛ ਦਿਮਾਗ ਦੇ ਵਿੱਚ ਕੋਈ ਸ਼ੰਕਾ ਹੁੰਦੀ ਹੈ ਅਤੇ ਬਿਨਾਂ ਕੋਈ ਮਿੰਨਟ ਲਗਾਏ ਸਾਡੇ ਦਿਮਾਗ 'ਚ ਆਉਂਦਾ ਕਿ ਭਾਈ ਸਾਹਿਬ ਗੁਰਦਰਸ਼ਨ ਸਿੰਘ ਜੀ ਨੂੰ ਫੜੋ ਔਰ ਉਹਨਾਂ ਤੋਂ ਸਾਰੇ ਜਿਹੜੇ ਜੀਵਨ 'ਚ ਕੁਛ ਘਟਨਾਵਾਂ ਹੋ ਰਹੀਆਂ ਨੇ ਜਾਂ ਕੋਈ ਵੀ ਸਮਾਧਾਨ ਅਗਰ ਚਾਹੀਦਾ ਹੁੰਦਾ ਤਾਂ ਸਾਨੂੰ ਉਹ ਮਿਲ ਜਾਂਦਾ। ਸੋ ਲੇਕਿਨ ਜ਼ਿਆਦਾ ਟਾਈਮ ਨਾਲ ਆਈਏ, ਜਿਹੜੀ ਸਾਡੀ ਰੇਡੀਓ ਦੀ ਆਡੀਅੰਸ ਹੈ ਉਹਨਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲਈਏ। ਮਿੰਟ ਹੈ ਕੁਲਦੀਪ, ਅਗਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਜਿਵੇਂ ਭਾਈ ਸਾਹਿਬ ਬਾਰੇ ਕੀ ਬੋਲੀਏ, ਸੂਰਜ ਨੂੰ ਰੋਸ਼ਨੀ ਦਿਖਾਉਣ ਦੇ ਬਰਾਬਰ ਹੈ। ਉਹਨਾਂ ਦੇ ਕੋਲ ਜਿਹੜਾ ਗਿਆਨ ਹੈ, ਜਿਹੜੀ ਉਹਨਾਂ ਦਾ ਵੇ ਆਫ ਟੀਚਿੰਗ ਹੈ ਔਰ ਵੇ ਆਫ ਪ੍ਰੀਚਿੰਗ ਹੈ, ਉਹ ਬਹੁਤ ਹੀ ਵਰਸਟਾਈਲ ਹੈ। ਹਰ 70 ਸਾਲ ਦੇ ਬਜ਼ੁਰਗ ਤੋਂ ਲੈ ਕੇ ਸਾਲ ਭਰ ਦੇ ਬੱਚੇ ਨਾਲ ਹੀ ਨੋਸ ਹਾਊ ਟੂ ਕਮਿਊਨੀਕੇਟ। ਅੱਜ ਕੱਲ੍ਹ ਜਿਹੜਾ ਸਭ ਤੋਂ ਇੰਪੋਰਟੈਂਟ ਥਿੰਗ ਹੈ, ਹਾਊ ਟੂ ਕਮਿਊਨੀਕੇਟ। ਅਗਰ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਬਹੁਤ ਸਟਰੋਂਗ ਹੈ ਔਰ ਯੂ ਆਰ ਏ ਵਿਨਰ, ਔਰ ਸਾਨੂੰ ਇਹੋ ਜਿਹੇ ਖਾਸ ਲੋਕਾਂ ਦੀ ਬਹੁਤ ਲੋੜ ਹੈ, ਖਾਸ ਕਰਕੇ ਹਮੇਸ਼ਾ ਲੋੜ ਹੈ, ਖਾਸ ਕਰਕੇ ਇਹੋ ਜਿਹੇ ਟਾਈਮ ਜਿਸ ਵਕਤ 'ਚੋਂ ਅਸੀਂ ਸਾਰੀ ਦੁਨੀਆ ਨਿਕਲ ਰਹੀ ਹੈ ਇਸ ਟਾਈਮ, ਜਿਹੜਾ ਕਿ ਕੋਵਿਡ-19 ਹੈ। ਔਰ ਸਭ ਤੋਂ ਪਹਿਲਾਂ ਸਾਡੇ ਪੰਥ ਦੇ ਮਹਾਨ ਕੀਰਤਨੀਆ ਭਾਈ ਨਿਰਮਲ ਸਿੰਘ ਜੀ ਦਾ ਕੱਲ੍ਹ ਨਿਧਨ ਹੋ ਗਿਆ ਸੀਗਾ, ਉਹ ਵੀ ਕੋਵਿਡ-19 ਦੇ ਸ਼ਿਕਾਰ ਹੋਏ। ਸੋ ਇਹ ਬਿਮਾਰੀ ਆਪਣੇ ਆਪ ਸਾਰੀ ਦੁਨੀਆ 'ਤੇ ਛਾਈ ਜਾ ਰਹੀ ਹੈ ਬਹੁਤ ਤੇਜ਼ੀ ਨਾਲ। ਸੋ ਜਿਵੇਂ ਸਾਰੀ ਕਹਿ ਰਹੇ ਨੇ ਕਿ ਬੀ ਹੋਮ, ਬੀ ਸੇਫ, ਵਾਸ਼ ਯੂਅਰ ਹੈਂਡਸ, ਜ਼ਿਆਦਾ ਟਾਈਮ ਨਹੀਂ ਲਾਂਗੇ, ਵੀ ਗੋਨ ਬ੍ਰਿੰਗ ਭਾਈ ਸਾਹਿਬ ਔਨ ਦਾ ਲਾਈਨ, ਕਿਉਂਕਿ ਉਹ ਜੋ ਬੋਲਣਗੇ ਅਸੀਂ ਨਹੀਂ ਬੋਲ ਸਕਦੇ। ਅੱਜ ਅਸੀਂ ਇੱਕ ਐਸੇ ਪਹਿਲੂ ਨੂੰ ਟੱਚ ਕਰਨ ਲੱਗੇ ਹਾਂ ਜਿਹੜਾ ਕਿ ਅਸੀਂ ਸੋਸ਼ਲ ਮੀਡੀਆ ਤੋਂ ਪਿਛਲੇ 1 ਮਹੀਨੇ ਤੋਂ, ਜਦੋਂ ਤੋਂ ਇਹ ਕਰੋਨਾ ਵਾਇਰਸ ਚਾਈਨਾ ਦੇ ਵਿੱਚ ਸ਼ੁਰੂ ਹੋਈ, ਉਦੋਂ ਤੋਂ ਹੀ ਨਿਊਜ਼ ਦੇ ਵਿੱਚ, ਉਦੋਂ ਆਪਾਂ ਸੀਰੀਅਸਲੀ ਨਹੀਂ ਲਿੱਤਾ, ਅਸੀਂ ਸੋਚਿਆ ਚੱਲ ਚਾਈਨਾ 'ਚ ਹੀ ਹੈ, ਚੱਲ ਇਟਲੀ 'ਚ ਹੀ ਹੈ, ਯੂਨੋ ਕੀ ਫਰਕ ਪੈਂਦਾ, ਅਸੀਂ ਅਮੈਰੀਕਨ ਹਾਂ, ਅਸੀਂ ਬੜੀ ਸੇਫ ਕੰਟਰੀ 'ਚ ਬੈਠੇ ਹਾਂ, ਕਿਉਂ ਬਹੁਤ ਦੂਰ ਹੈ ਉਹ ਸਾਡੇ ਤੱਕ ਪਹੁੰਚ ਨਹੀਂ ਸਕਦੀ। ਹਾਂ, ਲੇਕਿਨ ਪਹੁੰਚ ਗਈ, ਪਹੁੰਚ ਕੇ ਉਹ ਜੋ ਆਪਣਾ ਰੰਗ ਦਿਖਾ ਰਹੀ ਹੈ, ਲਾਈਕ ਆਈ ਸੈਡ, ਇੱਕੋ ਹੀ ਤਰੀਕਾ ਉਹਨੂੰ ਬੀਟ ਕਰਨ ਦਾ ਕਿ ਤੁਸੀਂ ਘਰ ਰਹੋ, ਫੈਮਲੀ ਨਾਲ ਰਹੋ, ਜਿੰਨਾ ਦੂਰ ਤੁਸੀਂ ਰਹਿ ਸਕਦੇ ਹੋ ਬਾਹਰਲੇ ਲੋਕਾਂ ਤੋਂ ਉਨਾ ਰਹੋ। ਬਾਹਰ ਨਿਕਲਣਾ ਅਗਰ ਜ਼ਰੂਰੀ ਹੈ ਤਾਂ ਜਾਓ, ਨਹੀਂ ਹੈ ਤਾਂ ਪਲੀਜ਼ ਡੋਂਟ ਵਰੀ, ਯੂ ਡੋਂਟ ਹੈਵ ਟੂ ਗੋ ਆਊਟ। ਜੀ, ਮੈਂ ਨਾਲ ਨਾਲ ਜਿਹੜੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਰੇਡੀਓ ਆਡੀਅੰਸ ਨੂੰ ਕੁਲਦੀਪ ਗਿੱਲ, 1 ਮਿੰਟ ਅਸੀਂ ਭਾਈ ਸਾਹਿਬ ਨੂੰ ਵੀ ਜਰਾ ਲਾਈਨ 'ਤੇ ਪਾ ਲਈਏ, ਲੇਕਿਨ ਉਸ ਤੋਂ ਪਹਿਲਾਂ ਜਸਟ ਮੇਕ ਸ਼ੋਰ ਕਿ ਆਪਾਂ, ਸਾਡੀ ਆਵਾਜ਼ ਸਾਰਿਆਂ ਨੂੰ ਪ੍ਰੋਪਰ ਕਲੀਅਰਲੀ ਸੁਣਾਈ ਦੇ ਰਹੀ ਹੈ, ਅਤੇ ਪਲੀਜ਼ ਜ਼ਰੂਰ ਸਾਨੂੰ ਦੱਸਣਾ, ਕਿਉਂਕਿ ਕੋਸ਼ਿਸ਼ ਕਰਦੇ ਹਾਂ ਕਿ ਮਲਟੀ ਟਾਸਕਿੰਗ ਕੀਤੀ ਜਾਵੇ, ਕਿਉਂਕਿ ਸਟਾਫ ਜਿਹੜਾ ਹੈ ਉਹ ਛੁੱਟੀ 'ਤੇ ਹੈ ਕੋਰੋਨਾ ਵਾਇਰਸ ਕਰਕੇ। ਸੋ ਮੋਨੀ ਗਿੱਲ ਹੀ ਕੈਮਰਾਮੈਨ ਹੈ, ਅਤੇ ਮੋਨੀ ਗਿੱਲ ਹੀ ਸਾਊਂਡਮੈਨ ਹੈ, ਸਾਰਾ ਸਟਾਫ ਰੇਡੀਓਮੈਨ ਹੈ, ਅਤੇ ਫੇਸਬੁੱਕ ਔਰ ਲਾਈਵ ਯੂਟਿਊਬ ਮੈਨ, ਅੱਜ ਇੱਕ ਮਲਟੀ ਟਾਸਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੋਈ ਗਲਤੀ ਹੋਏ ਤਾਂ ਹੱਥ ਜੋੜ ਕੇ ਪਹਿਲਾਂ ਹੀ ਐਡਵਾਂਸ 'ਚ ਸ਼ਮਾ ਮੰਗਦੇ ਹਾਂ। ਅਗਰ ਤੁਸੀਂ ਕਾਲ ਕਰਨਾ ਚਾਹੋ ਤਾਂ 216-800-6988 'ਤੇ ਕਾਲ ਕਰਨਾ, ਲੇਕਿਨ ਅੱਜ ਸ਼ਾਇਦ ਅਸੀਂ ਭਾਈ ਸਾਹਿਬ ਦੀ ਕਾਲ ਜਦੋਂ ਲਵਾਂਗੇ ਤਦੋਂ ਅਸੀਂ ਕਿਸੇ ਹੋਰ ਦੀ ਕਾਲ ਸ਼ਾਇਦ ਨਾ ਲੈ ਪਾਈਏ, ਲੇਕਿਨ ਸਾਡਾ ਜਿਹੜਾ ਫੇਸਬੁੱਕ 'ਤੇ ਇਸ ਟਾਈਮ ਸ਼ੋਅ ਚੱਲ ਰਿਹਾ ਹੈਗਾ, ਤੁਸੀਂ ਥੱਲੇ ਮੈਸੇਜ ਪਾ ਸਕਦੇ ਹੋ ਐਂਡ ਵੀ ਵਿਲ ਰੀਡ ਯੋਰ ਮੈਸੇਜਸ ਜਿਵੇਂ ਸਾਨੂੰ ਸਮਾਂ ਮਿਲੇਗਾ। ਅਤੇ ਲਓ ਜੀ, ਮੈਂ ਹੁਣ ਕਾਲ ਲਗਾ ਰਹੀ ਹਾਂ ਭਾਈ ਸਾਹਿਬ ਨੂੰ, ਜਿਹੜੇ ਕਿ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮਾਮਾ ਜੀ, ਭਾਈ ਗੁਰਦਰਸ਼ਨ ਸਿੰਘ ਜੀ ਔਨ ਏਅਰ ਹੈਗੇ ਨੇ ਸਾਡੇ ਨਾਲ ਫੇਸਬੁੱਕ 'ਤੇ ਅਤੇ ਯੂਟਿਊਬ 'ਤੇ, ਅਤੇ ਤੁਹਾਡਾ ਸਵਾਗਤ ਕਰਦੇ ਹਾਂ ਮਾਮਾ ਜੀ ਮਾਈ ਟੀਵੀ 'ਤੇ। ਥੈਂਕ ਯੂ ਜੀ, ਥੈਂਕ ਯੂ ਮੋਨੀ। ਅਤੇ ਐਕਚੁਲੀ ਮੈਂ ਇਹ ਵੀ ਦੱਸੋ ਕਿ ਤੁਹਾਡਾ ਕਿਵੇਂ ਗੁਜ਼ਰ ਰਿਹਾ ਟਾਈਮ ਕਰੋਨਾ ਵਾਇਰਸ ਦੇ ਵਿੱਚ, ਕਿਉਂਕਿ ਬਹੁਤ ਹੀ ਫੇਮਸ ਹਸਤੀ ਵੀ ਹੋ ਔਰ ਤੁਹਾਨੂੰ ਬੜੀ ਤਾਦਾਦ ਦੇ ਵਿੱਚ ਲੋਕਾਂ ਨਾਲ ਡੀਲ ਵੀ ਕਰਨਾ ਪੈਂਦਾ, ਸੋ ਤੁਹਾਡਾ ਕਿਸ ਤਰ੍ਹਾਂ ਚੱਲ ਰਿਹਾ ਕਰੋਨਾ ਵਾਇਰਸ ਦਾ ਕੁਆਰੰਟੀਨ ਟਾਈਮ ਕਹਿ ਲਈਦਾ ਜਾਂ, ਤੇ ਉਹ ਦੱਸੋ, ਥੋੜੀ ਜਿਹੀ ਆਪਣੇ ਬਾਰੇ ਵੀ ਦੱਸੋ ਮਾਮਾ ਜੀ। ਖੈਰ, ਯੂ ਨੋ, ਅਸੀਂ ਸਾਰੇ ਇਕੱਠੇ ਹੀ ਆ। ਹਾਂਜੀ। ਤੇ ਇਸ ਕਰੋਨਾ ਵਾਇਰਸ ਜਿਹੜੀ ਕੋਵਿਡ-19 ਹੈ,
it has a deeper implications ਇੰਨੀਆਂ ਕੁ ਨੇ ਕਿ ਜਿਸ ਤਰ੍ਹਾਂ ਮੈਂ ਵੀ ਅਸੀਂ ਘਰੇ ਬੈਠੇ ਹਾਂ ਬਾਹਰ ਅੰਦਰ ਨਹੀਂ ਜਾ ਸਕਦੇ ਫਿਰ ਤੁਰ ਨਹੀਂ ਸਕਦੇ ਹਾਂਜੀ ਤੇ ਉਹ ਸਿਰਫ ਇਨ ਆਰਡਰ ਟੂ ਜੋ ਸਾਨੂੰ ਇੰਸਟਰਕਸ਼ਨਸ ਮਿਲੀਆਂ ਹੋਈਆਂ ਨੇ ਉਹਨਾਂ ਨੂੰ ਸਤਿਕਾਰਦਿਆਂ ਹੋਇਆਂ ਅਦਬ ਕਰਦਿਆਂ ਹੋਇਆਂ ਅਦਰਵਾਈਜ਼ ਤਾਂ ਸਾਨੂੰ ਪਤਾ ਨਹੀਂ ਹੈ ਕਿ ਉਹਦੇ ਇਹ ਬਿਮਾਰੀ ਕਿਵੇਂ ਲੱਗਦੀ ਹੈ ਕਿੱਥੋਂ ਲੱਗਦੀ ਹੈ ਜਿਹੜੀਆਂ ਸਾਨੂੰ ਇੰਸਟਰਕਸ਼ਨਸ ਉਹਨਾਂ ਨੇ ਦੱਸੀਆਂ ਨੇ ਜਿਹੜੇ ਐਕਸਪਰਟਸ ਨੇ ਜਿਹੜੇ ਜਾਣਦੇ ਨੇ ਜਿਹੜੇ ਸਮਝਦੇ ਨੇ ਕਿ ਜੇ ਤੁਸੀਂ ਘਰਾਂ 'ਚ ਬੈਠੋਗੇ ਇੱਕ ਦੂਜੇ ਤੋਂ ਡਿਸਟੈਂਸ ਰੱਖੋਗੇ ਜਿੰਨਾ ਘੱਟ ਬਾਹਰ ਨਿਕਲੋਗੇ ਓਨਾ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਤੇ ਖੈਰ ਜੇ ਮੈਂ ਐਜ਼ ਅ ਪ੍ਰੀਸਟ ਐਜ਼ ਅ ਗ੍ਰੰਥੀ ਮੈਂ ਆਪਣੀ ਗੱਲ ਕਿਸੇ ਨੂੰ ਮਨਾਉਣੀ ਚਾਹੁੰਦਾ ਆਪਣੇ ਫੀਲਡ ਦੇ ਵਿੱਚ ਜਦੋਂ ਕਿ ਦੂਜਾ ਐਕਸਪਰਟ ਬੋਲਦਾ ਹੈ ਜਿਹਨਾਂ ਚੀਜ਼ਾਂ ਦੀ ਉਹਨਾਂ ਨੂੰ ਸਮਝ ਹੈ ਮੇਰਾ ਵੀ ਫਰਜ਼ ਬਣਦਾ ਕਿ ਮੈਂ ਉਹਨਾਂ ਨੂੰ ਸਤਿਕਾਰ ਦਿਆਂ ਮੈਂ ਉਹਨਾਂ ਦੀਆਂ ਗੱਲਾਂ ਸੁਣਾ ਕਿ ਜਿਸ ਪੀੜਾ ਦੇ ਵਿੱਚੋਂ ਜਿਸ ਦਰਦ ਵਿੱਚੋਂ ਜਿਸ ਪੇਨ ਦੇ ਵਿੱਚੋਂ ਦੀ ਸਾਰੇ ਅਸੀਂ ਗੁਜ਼ਰ ਰਹੇ ਹਾਂ ਨਾਲੇ ਮੋਨੀ ਇਹਦਾ ਜਿਹੜਾ ਇੰਪੈਕਟ ਹੈ ਨਾ ਇਹਦਾ ਬੜਾ ਵੱਡਾ ਇੰਪੈਕਟ ਹੋਏਗਾ ਇਹਦੀਆਂ ਇਹਦਾ ਪੋਲੀਟੀਕਲ ਇੰਪਲੀਕੇਸ਼ਨਸ ਨੇ ਇਕਨੋਮਿਕ ਇੰਪਲੀਕੇਸ਼ਨਸ ਨੇ ਸੋਸ਼ਲ ਇੰਪਲੀਕੇਸ਼ਨਸ ਨੇ ਰਿਲੀਜੀਅਸ ਇੰਪਲੀਕੇਸ਼ਨਸ ਨੇ ਇਹਨੇ ਸਾਡੇ ਸਾਰੇ ਲਾਈਫ ਸਟਾਈਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਵਿਤ ਕਰਨਾ ਹੈ ਸੋ ਔਖਾ ਸਮੇਂ ਘਰ ਦੇ ਵਿੱਚ ਬੈਠਣਾ ਜਿਹੜਾ ਬੰਦਾ ਹਰ ਵੇਲੇ ਸੰਗਤ ਦੇ ਵਿੱਚ ਵਿਚਰਦੇ ਹਾਂ ਕਦੇ ਕਿਤੇ ਕਦੇ ਕਿਤੇ ਪਰ ਹਾਲਾਤਾਂ ਨੂੰ ਦੇਖਦਿਆਂ ਹੋਇਆ ਇਹ ਨਹੀਂ ਕਿ ਤੁਹਾਨੂੰ ਕੋਈ ਡਰ ਹੈ ਡਰਦਿਆਂ ਮਾਰਿਆ ਨਹੀਂ ਅੰਡਰਸਟੈਂਡਿੰਗ ਤੇ ਫੀਅਰ ਦੇ ਵਿੱਚ ਫਰਕ ਇਹੀ ਹੁੰਦਾ ਹੈ ਕਿ ਅੰਡਰਸਟੈਂਡਿੰਗ ਹੈ ਕਿ ਹੋ ਸਕਦਾ ਹੈ ਮੈਨੂੰ ਹੋਵੇ ਤੇ ਮੈਂ ਕਿਸੇ ਕੋਲ ਜਾਵਾਂ ਮੈਂ ਕਿਸੇ ਨੂੰ ਦੇ ਆਵਾਂ ਹਾਂਜੀ ਬਿਲਕੁਲ ਸੋ ਅਸੀਂ ਸਾਰਾ ਪਰਿਵਾਰ ਗੁਰੂ ਦੀ ਕਿਰਪਾ ਨਾਲ ਹੈਗੇ ਤੇ ਇਕੱਠੇ ਹੀ ਹਾਂ ਤੇ ਬੜੀ ਬੜੇ ਸ਼ੁਕਰ ਦੇ ਵਿੱਚ ਆ ਕਿ ਵਾਹਿਗੁਰੂ ਇਹ ਜਿਹੜਾ ਔਖਾ ਸਮਾਂ ਆਇਆ ਇਹਦੇ ਵਿੱਚ ਸਾਨੂੰ ਜੀਣ ਦਾ ਢੰਗ ਸਿਖਾ ਦੇਵੇ ਕਿ ਅਸੀਂ ਬਿਹੇਵ ਕਿਵੇਂ ਕਰਨਾ ਅਸੀਂ ਰਹਿਣਾ ਕਿਵੇਂ ਅਸੀਂ ਅਜੇ ਤੱਕ ਲਗਜ਼ਰੀ ਮਾਣੀ ਹੈ ਅਸੀਂ ਸੁੱਖ ਦੇਖੇ ਨੇ ਖਾਸ ਕਰਕੇ ਵੀ ਆਰ ਫੋਰਚੂਨੇਟ ਟੂ ਬੀ ਇਨ ਦਿਸ ਕੰਟਰੀ ਜਿੱਥੇ ਸਾਨੂੰ ਇਸ ਕਿਸਮ ਦਾ ਮੌਕਾ ਦੇਖਣ ਦਾ ਕਦੇ ਮੌਕਾ ਨਹੀਂ ਲੱਗਦਾ ਵਕਤ ਦੇਖਣ ਦਾ ਇੱਕ ਸਮਾਂ ਆਇਆ ਜਿੱਥੇ ਸਾਡਾ ਵੀ ਸਾਡੀ ਵੀ ਪਰਖ ਹੋ ਰਹੀ ਹੈ ਬਿਲਕੁਲ ਔਰ ਇਹ ਤੇ ਇਫੈਕਟ ਜਿਹੜਾ ਹੈਗਾ ਐਜੂਕੇਸ਼ਨਲ ਵੀ ਬਹੁਤ ਇਫੈਕਟ ਪਿਆ ਕਰੋਨਾ ਵਾਇਰਸ ਦਾ ਔਰ ਮੈਂ ਆਪਣੀ ਲਾਈਫ 'ਚ ਖੈਰ ਤੁਸੀਂ ਮੇਰੇ ਤੋਂ ਵੱਡੇ ਹੋ ਅਤੇ ਮੈਂ ਆਪਣੀ ਲਾਈਫ 'ਚ ਸੁਣੀਆਂ ਸੀ ਸਟੋਰੀਆਂ ਜੀ ਮਹਾਂਮਾਰੀ ਆਈ ਸੀ ਪਲੇਗ ਆਈ ਸੀ ਲੇਕਿਨ ਉਹ ਜਿਹੜੀਆਂ ਸੀਗੀਆਂ ਉਹ ਸਿਰਫ ਕੰਟਰੀ ਟੂ ਕੰਟਰੀ ਸੀ ਲੇਕਿਨ ਇਹ ਬਿਮਾਰੀ ਜਿਹੜੀ ਹੈ ਇਹ ਪੈਂਡੈਮਿਕ ਹੈ ਮਤਲਬ ਹਰ ਥਾਂ 'ਤੇ ਇੰਟਰਨੈਸ਼ਨਲ ਕਹਿ ਲਓ ਕਿ ਹਰ ਦੇਸ਼ ਦੇ ਵਿੱਚ ਪਹੁੰਚ ਗਈ ਹੈ ਇੰਡੀਆ 'ਚ ਵੀ ਪਹੁੰਚ ਗਈ ਹੈ ਜਿਸ ਤਰ੍ਹਾਂ ਕਿ ਪ੍ਰੋਗਰਾਮ ਸ਼ੁਰੂ ਹੋ ਕੀਤਾ ਅਤੇ ਅਸੀਂ ਭਾਈ ਨਿਰਮਲ ਸਿੰਘ ਜੀ ਉਹਨਾਂ ਦਾ ਵੀ ਵਿੱਚ ਜ਼ਿਕਰ ਕੀਤਾ ਕਿ ਉਹ ਵੀ ਇਸ ਦੁਨੀਆ 'ਤੇ ਨਹੀਂ ਰਹੇ ਔਰ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਹਾਲ ਚਾਲ ਨੇ ਮੈਂ ਕੁਲਦੀਪ ਸਿੰਘ ਬੋਲ ਰਿਹਾ ਹਾਂਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਭਾਈ ਸਾਹਿਬ ਜੀ ਜਿਵੇਂ ਮੋਨੀ ਨੇ ਇਸ ਟਾਈਮ ਗੱਲ ਕੀਤੀ ਭਾਈ ਨਿਰਮਲ ਸਿੰਘ ਜੀ ਦੀ ਅਤੇ ਤੁਸੀਂ ਉਹਨਾਂ ਨੂੰ ਬੜੇ ਚਿਰ ਦੇ ਜਾਣਦੇ ਹੋ ਸੋ ਮੈਂ ਵੀ ਦੇਖਿਆ ਤੁਹਾਨੂੰ ਸਾਰਿਆਂ ਨੂੰ ਪਿਛਲੇ 20-25 ਸਾਲਾਂ ਤੋਂ ਸੋ ਤੁਸੀਂ ਉਹਨਾਂ ਬਾਰੇ ਕੁਛ ਐਸੀ ਗੱਲਾਂ ਦੱਸੋਗੇ ਕਿ ਅੱਜ ਉਹ ਸਾਡੇ 'ਚ ਨਹੀਂ ਰਹੇ ਔਰ ਸਾਨੂੰ ਇੰਝ ਲੱਗ ਰਿਹਾ ਕਿ ਜਿਵੇਂ ਸਾਡਾ ਕੋਈ ਫੈਮਿਲੀ ਮੈਂਬਰ ਚਲਾ ਗਿਆ ਹੋਵੇ ਹਾਂਜੀ ਬਿਲਕੁਲ ਕਿਉਂਕਿ ਹਰੇਕ ਵਿਅਕਤੀ ਦਾ ਕੁਲਦੀਪ ਆਪਣਾ ਆਪਣਾ ਇੱਕ ਇੰਪੈਕਟ ਹੁੰਦਾ ਹੈ ਇੰਡੀਵਿਜੂਅਲਸ ਦੇ ਉੱਤੇ ਤੇ ਕਮਿਊਨਿਟੀਜ਼ ਦੇ ਉੱਤੇ ਭਾਈ ਨਿਰਮਲ ਸਿੰਘ ਦਾ ਬੜਾ ਵੱਡਾ ਪ੍ਰਭਾਵ ਸੀ ਇੱਕ ਬੜੀ ਵੱਡੀ ਉਹ ਹਸਤੀ ਸਨ ਤੇ ਮੇਰਾ ਖਾਸ ਕਰਕੇ ਉਹਨਾਂ ਨਾਲ ਸੰਬੰਧ ਬਹੁਤ ਪਿਛਲਾ ਸੀ ਜਦੋਂ ਮੈਂ ਮਿਸ਼ਨਰੀ ਕਾਲਜ ਹੁੰਦਾ ਸਾਂ 1980-83 ਆਈ ਵਾਜ਼ ਇਨ ਅੰਮ੍ਰਿਤਸਰ ਦੇ ਉਸ ਵੇਲੇ ਦਰਬਾਰ ਸਾਹਿਬ ਸਾਈਡ ਦੇ ਉੱਤੇ ਕੀਰਤਨ ਕਰਦੇ ਹੁੰਦੇ ਸਨ ਤੇ ਉਹਨਾਂ ਨਾਲ ਮਿਲਣਾ ਉਦੋਂ ਤੋਂ ਸਾਡਾ ਸੰਗ ਸਾਥ ਬਣਿਆ ਹੋਇਆ ਸੀਗਾ ਤੇ ਜਦੋਂ ਮੈਂ ਅਮੈਰੀਕਾ ਆਇਆ 86 ਦੇ ਵਿੱਚ ਤੇ ਉਹ ਸ਼ਾਇਦ ਪਹਿਲੀ ਵਾਰ 88 ਦੇ ਵਿੱਚ ਆਏ ਨੇ ਤੇ ਜੋ 84 ਦਾ ਸੰਤਾਪ ਸੀ ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਉਦੋਂ ਵੀ ਅਸੀਂ ਇਕੱਠੇ ਸਾਂ ਤੇ ਉਹ ਦੁੱਖ ਵੀ ਭੋਗੇ ਉਹ ਜਿਹੜੇ ਤਸੀਹੇ ਸੀ ਉਹ ਵੀ ਝੱਲੇ ਉੱਥੇ ਖੈਰ ਉਹ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਪਰਸਨੈਲਿਟੀ ਸੀ
ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਮਿਲਿਆ। ਪਰ ਉਹ ਬਹੁਤ ਛੋਟੇ ਅਵਾਰਡ ਨੇ ਮੇਰੀ ਦ੍ਰਿਸ਼ਟੀ ਦੇ ਵਿੱਚ, ਕਿ ਗੁਰੂ ਰਾਮਦਾਸ ਦਾ ਕੀਰਤਨੀਆ ਹੋਣਾ ਤੇ ਦੁਨੀਆਂ ਦੇ ਵਿੱਚ ਆਪਣਾ ਪ੍ਰਭਾਵ ਰੱਖਣਾ ਤੇ ਆਪਣੀ ਆਵਾਜ਼ ਰਾਹੀਂ ਤੇ ਆਪਣੇ ਸੁਭਾਅ ਕਾਰਨ ਸਤਿਕਾਰੇ ਜਾਣਾ, ਇਹ ਬੜੀ ਵੱਡੀ ਦੌਲਤ ਹੁੰਦੀ ਹੈ। ਮੈਂ ਹਮੇਸ਼ਾ ਇਹ ਸਮਝਦਾ ਹੁੰਦਾ ਕਿ ਤੁਹਾਡੀ ਦੌਲਤ ਦੇ ਕਾਰਨ ਤੁਸੀਂ ਕਈ ਵਾਰੀ ਮਸ਼ਹੂਰ ਨਹੀਂ ਹੁੰਦੇ, ਸਤਿਕਾਰੇ ਨਹੀਂ ਜਾਂਦੇ, ਤੁਸੀਂ ਆਪਣੇ ਸੁਭਾਅ ਦੇ ਕਾਰਨ ਸਤਿਕਾਰੇ ਜਾਂਦੇ। ਬਿਲਕੁਲ, ਕਈ ਵਾਰੀ ਬਹੁਤ ਵੱਡਾ ਹੁੰਦਾ ਜੇ ਤੁਹਾਡਾ ਸੁਭਾਅ ਚੰਗਾ ਨਾ ਹੋਵੇ, ਤੁਸੀਂ ਐਕਸੈਪਟ ਨਹੀਂ ਕੀਤੇ ਜਾ ਸਕਦੇ। ਸੋ ਭਾਈ ਨਿਰਮਲ ਸਿੰਘ ਹੋਣਾ ਦੇ ਵਿੱਚ ਇਹ ਦੋਨੋਂ ਗੁਣ ਸਨ, ਜਿੱਥੇ ਉਹ ਗੁਣੀ ਕੀਰਤਨੀਏ ਸਨ ਔਰ ਉਹਨਾਂ ਦਾ ਜਿਹੜਾ ਬੋਲਣ ਦਾ ਲਹਿਜਾ ਸੀ। ਹੁਣ ਮੇਰੇ ਵਰਗਾ ਜਿਹਨੂੰ ਠੀਕ ਢੰਗ ਨਾਲ ਸੁਰ ਵੀ ਨਹੀਂ ਲਾਉਣਾ ਆਉਂਦਾ, ਤੇ ਜੇ ਮੈਂ ਉਹਨਾਂ ਦੇ ਸਾਹਮਣੇ ਬਹਿ ਕੇ ਕਿਤੇ ਸ਼ਬਦ ਪੜ੍ਹਨਾ ਤੇ ਬੜਾ ਉਹਨਾਂ ਨੇ ਤਾਰੀਫ ਕਰਨੀ। ਸੋ ਉਹ ਇਨਕਰੇਜਮੈਂਟ ਵੀ ਦੇਣੀ ਉਹਨਾਂ ਨੇ ਤੇ ਉਹਨਾਂ ਕੋਲੋਂ ਸਿੱਖਣ ਦੀ ਵੀ ਇੱਕ ਸੇਧ ਮਿਲਦੀ ਸੀ, ਗਾਈਡੈਂਸ ਮਿਲਦੀ ਸੀ। ਤੇ ਦੇਖ ਲਓ ਫਿਰ ਇਹ ਬਿਮਾਰੀ ਇੰਨੀ ਤਕੜੀ ਹੈ, ਉਹ ਹਰ ਰੋਜ਼ ਵਟਸਐਪ ਦੇ ਉੱਤੇ ਸਾਡੀ ਫਤਿਹ ਹੁੰਦੀ ਸੀ ਐਵਰੀ ਡੇ। ਤੇ ਕਈ ਵਾਰੀ ਉਹਨਾਂ ਨੇ ਤਾਂ ਫਤਿਹ ਪਾ ਦੇਣੀ ਤੇ ਮੈਂ ਕਈ ਵਾਰੀ ਰਿਸਪੋਂਸ ਨਾ ਕਰਨਾ, ਕਿ ਮੈਂ ਕਈ ਵਾਰੀ ਕਹਿਣਾ ਕਿ ਫਤਿਹ ਭਾਈ ਸਾਹਿਬ, ਤੇ ਫਿਰ ਉਹਨਾਂ ਨੇ ਬਾਅਦ ਚ ਲਿਖਣਾ ਕਿ ਹਜ਼ੂਰ ਕੀ ਹਾਲ ਹੈ, ਤੇ ਮੈਂ ਵੀ ਕਹਿ ਦੇਣਾ। ਲਾਸਟ ਟਾਈਮ ਉਹਨਾਂ ਦਾ ਬੁੱਧਵਾਰ ਆਇਆ ਸੀਗਾ ਮੈਨੂੰ ਮੈਸੇਜ, ਕਹਿਣ ਲੱਗੇ ਕਿ ਮੇਰਾ ਕੋਰੋਨਾ ਵਾਇਰਸ ਦਾ ਟੈਸਟ ਹੋਇਆ ਤੇ ਇਟ ਇਜ਼ ਆਲ ਨੈਗੇਟਿਵ ਤੇ ਆਈ ਵਿਲ ਬੀ ਲਾਈਵ ਸੂਨ, ਕਿ ਮੈਂ ਲਾਈਵ ਹੋ ਕੇ ਕੀਰਤਨ ਕਰਾਂਗਾ। ਫਿਰ ਉਹਨਾਂ ਦਾ ਵੀਰਵਾਰ ਨੂੰ ਸਿਰਫ ਫਤਿਹ ਆਈ, ਬੁੱਧਵਾਰ ਨੂੰ ਫਤਿਹ ਆਈ, ਵੀਰਵਾਰ ਨੂੰ ਫਤਿਹ ਆਈ। ਦੈਟ ਵਾਜ਼ ਦਾ ਲਾਸਟ ਟਾਈਮ ਵੀ ਕਮਿਊਨੀਕੇਟਡ। ਸੋ ਦੂਜੀ ਬਦਕਿਸਮਤੀ ਦੀ ਗੱਲ ਮੈਂ ਸਮਝਦਾ ਇਹ ਹੈ ਕਿ ਅਨਫੋਰਚੁਨੇਟਲੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਟੈਸਟ ਕਿੱਟਸ ਨੇ ਕੋਰੋਨਾ ਵਾਇਰਸ ਦੀਆਂ, ਉਹ ਇੰਨੀਆਂ ਇਫੈਕਟਿਵ ਨਹੀਂ ਲੱਗਦੀਆਂ। ਪਹਿਲਾਂ ਇੱਕ ਭਾਈ ਬਲਦੇਵ ਸਿੰਘ ਜਿਹੜੇ ਇਟਲੀ ਤੋਂ ਗਏ ਸੀ, ਉਹਨਾਂ ਦਾ ਮੀਡੀਆ ਨੇ ਜਲੂਸ ਕੱਢਿਆ। ਵਿਚਾਰਾ ਇਨੋਸੈਂਟ ਬੰਦਾ, ਆਮ ਬੰਦਾ, ਇੱਕ ਸਾਧੂ ਸੁਭਾਅ ਬੰਦਾ, ਜੇ ਉਹਨਾਂ ਨੂੰ ਕੋਰੋਨਾ ਵਾਇਰਸ ਹੈ ਵੀ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ। ਕਿਹੜਾ ਮੂਰਖ ਇਨਸਾਨ ਹੋਏਗਾ ਜਿਹਨੂੰ ਇਹ ਪਤਾ ਹੋਵੇ ਕਿ ਮੈਨੂੰ ਇੰਨੀ ਭਿਆਨਕ ਬਿਮਾਰੀ ਲੱਗੀ ਤੇ ਆਪਣੇ ਪਰਿਵਾਰ ਚ ਰਹੇਗਾ। ਉਹ ਜਦੋਂ ਭਾਈ ਬਲਦੇਵ ਸਿੰਘ ਵੀ ਅੰਮ੍ਰਿਤਸਰ ਏਅਰਪੋਰਟ ਤੇ ਉਤਰੇ ਨੇ, ਉੱਥੇ ਉਹਨਾਂ ਦਾ ਟੈਸਟ ਹੋਇਆ ਨੈਗੇਟਿਵ। ਫਿਰ 14 ਮਾਰਚ ਨੂੰ ਪੰਜਾਬ ਪੁਲਿਸ ਨੇ ਸੈਂਟਰ ਗੌਰਮੈਂਟ ਦੇ ਹੁਕਮਾਂ ਦੇ ਆਧਾਰ ਤੇ ਫਿਰ ਜਾ ਕੇ ਉਹਨਾਂ ਦੇ ਘਰ ਗਏ ਨੇ, ਫਿਰ ਟੈਸਟ ਕੀਤਾ, ਫਿਰ ਨੈਗੇਟਿਵ। 3 ਦਿਨਾਂ ਦੇ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ। ਫਿਰ ਡੈਡ ਬਾਡੀ ਤੋਂ ਉਹਨਾਂ ਦਾ ਟੈਸਟ ਕੀਤਾ ਗਿਆ ਤੇ ਫਿਰ ਪੋਜ਼ਿਟਿਵ ਆਇਆ। ਤੇ ਬਲੇਮ ਉਹਨਾਂ ਨੂੰ ਕਰੀ ਜਾਂਦੇ ਆ ਵਿਚਾਰਿਆਂ ਨੂੰ ਕਿ ਉਹ ਜੀ ਫਿਰਦਾ ਰਿਹਾ ਜੀ, ਤੁਰਿਆ ਰਿਹਾ ਜੀ। ਹਾਂਜੀ ਹਾਂ, ਮੈਂ ਦੇਖਿਆ ਸੀਗਾ ਵੀਡੀਓ ਭਾਈ ਸਾਹਿਬ ਨਿਰਮਲ ਸਿੰਘ ਜੀ ਹੋਰਾਂ ਦੀ ਵੀ, ਉਹ ਕਹਿ ਰਹੇ ਸੀ ਕਿ 8 ਮਹੀਨੇ ਪਹਿਲਾਂ ਇਹ ਲੰਡਨ ਗਏ ਸੀਗੇ ਯੂਕੇ ਦਾ ਟੂਰ। ਹਾਂਜੀ ਹਾਂ, ਮੈਂ ਰਿਲੇਟ ਨਹੀਂ ਕਰ ਪਾਇਆ ਕਿ 8 ਮਹੀਨੇ ਪਹਿਲੇ ਯੂਕੇ ਦਾ ਟੂਰ ਦਾ ਕੀ ਮੈਂਸ਼ਨ ਹੋ ਰਿਹਾ ਜਦੋਂ ਕਿ ਡੈਥ 8 ਮਹੀਨੇ ਬਾਅਦ ਹੋਈ ਜਾ ਕੇ। ਸੋ ਚਲੋ ਇਹ ਤਾਂ ਇੱਕ ਪੱਖ ਹੈਗਾ ਹੀ ਹੈ ਮਾਮਾ ਜੀ, ਕਿ ਜਿਹੜਾ ਕਿ ਇਨਸਾਨੀ ਜਾਨ 'ਤੇ ਤਾਂ ਇਹ ਖਤਰਾ ਹੈ ਹੀ ਹੈ ਕਰੋਨਾ ਵਾਇਰਸ ਦਾ। ਇਹ ਰੀਜ਼ਨ ਹੈ ਕਿ ਸਾਰਿਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਅੰਦਰ ਹੀ ਰਹੋ ਐਟਲੀਸਟ 2-3 ਵੀਕਸ, ਜਿੰਨਾ ਵੀ ਟਾਈਮ ਪੀਰੀਅਡ ਜਿਹੜੀ ਕੰਟਰੀ ਨੇ ਉਹਨਾਂ ਨੂੰ ਦਿੱਤਾ ਅਤੇ ਉਹ ਜ਼ਰੂਰ ਫੋਲੋ ਕਰਨ। ਹੁਣ ਸਾਡਾ ਮੁੱਦਾ ਸੀਗਾ ਤੁਹਾਨੂੰ ਫੇਸਬੁੱਕ ਲਾਈਵ 'ਤੇ ਅਤੇ ਯੂਟਿਊਬ ਲਾਈਵ 'ਤੇ ਪਾਉਣ ਦਾ, ਕਿ ਇੰਨੇ ਸਾਰੇ ਚੈਨਲਸ ਆਪਾਂ ਦੇਖੇ ਨੇ ਸੋ ਫਾਰ 1.5-2 ਮਹੀਨੇ ਤੋਂ ਅਸੀਂ ਇਹੀ ਦੇਖ ਰਹੇ ਹਾਂ, ਪਰ ਕਿਸੇ ਨੇ ਵੀ ਹਾਲੇ ਤੱਕ ਇਸ ਟੌਪਿਕ ਵੱਲ ਨਹੀਂ ਸੋਚਿਆ ਕਿ ਰਿਲੀਜੀਅਸ ਪਲੇਸਿਸ ਦੇ ਉੱਤੇ ਕਰੋਨਾ ਵਾਇਰਸ ਦਾ ਕਿੰਨਾ ਇਫੈਕਟ ਹੋ ਸਕਦਾ ਹੈ ਜਾਂ ਹੋ ਰਿਹਾ ਔਰ ਹੋ ਅੱਗੇ ਵੀ ਹੋਏਗਾ। ਅਤੇ ਐਜ਼ ਏ ਤੁਸੀਂ ਗੁਰੂ ਦੀ ਸੇਵਾ, ਮੈਂ ਤਾਂ ਆਪਣੇ ਬਚਪਨ ਤੋਂ ਹੀ ਤੁਹਾਨੂੰ ਸਾਰਿਆਂ ਨੂੰ ਗੁਰੂ ਦੇ ਨਾਲ ਜੁੜੇ ਵੇਖਿਆ, ਅਤੇ ਮੈਨੂੰ ਲੱਗਿਆ ਕਿ ਯੂ ਆਰ ਦਾ ਬੈਸਟ ਪਰਸਨ, ਕਿ ਜਿਹੜੇ ਇੱਕ ਤਾਂ ਲੋਕਲ ਵੀ ਹੋ ਔਰ ਦੂਸਰਾ ਕਿ ਯੂਨੋ ਗੁਰਦੁਆਰੇ ਦੇ ਨਾਲ, ਗੁਰਬਾਣੀ ਦੇ ਨਾਲ ਜੁੜੇ ਹੋ, ਕਿ ਤੁਹਾਡੇ 'ਚ ਸਾਰੇ ਕੰਬੀਨੇਸ਼ਨ ਸੀਗੇ ਜੋ ਸਾਨੂੰ ਚਾਹੀਦਾ ਸੀਗਾ। ਕਿ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਨੂੰ ਕਿਹਾ ਜਾ ਰਿਹਾ ਹੈ ਜਾਂ ਆਪ ਵੀ ਉਹਨਾਂ ਦੀ ਸਮੱਤ ਇਹੀ ਹੈ ਕਿ ਅਸੀਂ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਸੇਵਾ ਕਰੀਏ, ਲੰਗਰ ਪਹੁੰਚਾਈਏ। ਹਰ ਰੋਜ਼ ਗੁਰਦੁਆਰੇ ਸਾਹਿਬ ਦੇ ਵਿੱਚੋਂ 20-30 ਹਜ਼ਾਰ ਲੋਕਾਂ ਨੂੰ ਲੰਗਰ ਪ੍ਰੋਵਾਈਡ ਕੀਤਾ ਜਾ ਰਿਹਾ, ਵੱਖ ਵੱਖ ਗੁਰਦੁਆਰਿਆਂ ਦੇ ਵਿੱਚ, ਭਾਵੇਂ ਨਿਊਯਾਰਕ ਹੋਵੇ, ਇੰਡੀਆ ਹੋਵੇ ਜਾਂ ਜਿਹੜਾ ਵੀ ਦੇਸ਼ ਹੋਵੇ।
ਤੇ ਮੇਰਾ ਕੁਐਸਚਨ ਇਹ ਸੀਗਾ ਕਿ ਹੁਣ ਜਦੋਂ ਪਬਲਿਕ ਸਾਰੀ ਇਨਸਾਈਡ ਹੈਗੀ ਆ, ਘਰ ਦੇ ਅੰਦਰ ਬੰਦ ਹੈ, ਤੇ ਉਹਦਾ ਇਫੈਕਟ ਡੈਫੀਨੇਟਲੀ ਗੁਰਦੁਆਰਿਆਂ ਤੇ ਪਏਗਾ, ਕਿਉਂਕਿ ਜਿਹੜੇ ਗੁਰਦੁਆਰੇ ਨੇ ਉਹ ਵੀ ਪੈਸਿਆਂ ਤੇ ਚੱਲਦੇ ਨੇ, ਉਹਨਾਂ ਨੂੰ ਵੀ ਫੰਡਸ ਦੀ ਲੋੜ ਹੁੰਦੀ ਹੈ, ਉਹਨਾਂ ਦੇ ਵੀ ਮੌਰਗੇਜਸ ਨੇ, ਬਿੱਲ ਨੇ, ਪਾਣੀ ਦਾ ਬਿੱਲ, ਇਲੈਕਟ੍ਰਿਕ ਦਾ ਬਿੱਲ, ਮੁੜ ਕੇ ਜਿਹੜੇ ਭਾਈ ਸਾਹਿਬ ਨੇ ਗ੍ਰੰਥੀ ਨੇ ਜਿਹੜੇ, ਉਹਨਾਂ ਨੂੰ ਸੈਲਰੀ ਦੇਣੀ, ਸੇਵਾਦਾਰ ਨੂੰ ਸੈਲਰੀਆਂ ਦੇਣੀਆਂ, ਜਾਂ ਹੋਰ ਵੱਖ ਵੱਖ ਕਿਸਮ ਦੇ ਜਿਹੜੀਆਂ ਉਹਨਾਂ ਦੇ ਬਿੱਲਸ ਨੇ। ਕੁਐਸਚਨ ਆਹ ਪੁੱਛਿਆ ਜਾ ਰਿਹਾ ਕਿ ਕਿਉਂਕਿ ਹਰ ਬਿੱਲ ਇੱਥੇ $2 trillion ਦਾ ਬਿੱਲ ਸੈਂਕਸ਼ਨ ਹੋਇਆ, ਲੇਕਿਨ ਪੂਰੇ ਸੈਂਕਸ਼ਨ 'ਚ ਇਹ ਨਹੀਂ ਦੱਸਿਆ ਗਿਆ ਕਿ ਵਾਕਈ ਜਿਹੜੀ ਚੈਰਿਟੀਜ਼ ਐਂਡ ਆਫ ਦਾ ਡੇ ਸਾਡੇ ਲਈ, ਤਾਂ ਗੁਰਦੁਆਰਾ, ਮਸਜਿਦ, ਚਰਚ, ਮੰਦਿਰ ਲਾ ਲਓ, ਹਰ ਧਰਮ ਦੇ ਆਪਣੇ ਆਪਣੇ ਫੇਥ ਨੇ, ਐਂਡ ਆਫ ਦਾ ਡੇ ਤਾਂ ਉਹੀ ਸਾਡਾ ਮੇਨ ਡੈਸਟੀਨੇਸ਼ਨ ਹੈ ਕਿ ਇੰਨੀ ਸੇਵਾ ਕਰਦੇ ਕਰਦੇ ਇੱਕ ਦਿਨ ਦੇ ਵਿਲ ਬੀ ਐਗਜ਼ੌਸਟਡ, ਫੰਡਸ ਨਹੀਂ ਰਹਿਣਗੇ, ਫਿਰ ਕੀ ਹੋਊਗਾ, ਇਹ ਕਿਸੇ ਨੇ ਸੋਚਿਆ? ਥੈਂਕ ਯੂ ਵੈਰੀ ਮੱਚ ਫੋਰ ਆਸਕਿੰਗ ਦਿਸ ਕੁਐਸਚਨ, ਐਂਡ ਕਿਉਂਕਿ ਬੀਇੰਗ ਇਨ ਦਾ ਗੁਰਦੁਆਰਾ, ਬੀਇੰਗ ਇਨਵੋਲਵ ਇਨ ਦਾ ਕਮਿਊਨਿਟੀ ਲਾਸਟ 32 ਈਅਰਸ ਇਨ ਦਿਸ ਕੰਟਰੀ, ਐਂਡ ਵੀ ਹੈਵ ਸੀਨ ਅਪਸ ਐਂਡ ਡਾਊਨਸ, ਬਟ ਸੰਗਤ ਜਿਹੜੀ ਹੈ ਸਾਡੀ ਇੰਨੀ ਕੁ ਜਨਰਸ ਹੈ, ਇੰਨੀ ਕੁ ਦਿਲ ਵਾਲੀ ਹੈ। ਮੈਨੂੰ ਇੱਕ ਗੱਲ ਯਾਦ ਹੈ ਕਿ ਅਸੀਂ ਵਾਸ਼ਿੰਗਟਨ DC ਇੱਕ ਸਿਨੇਗਾਗ ਦੇ ਵਿੱਚ ਗਏ, ਸਿਨੇਗਾਗ ਜਿਹੜਾ ਜੂਇਸ਼ ਕਮਿਊਨਿਟੀ ਦਾ ਸੈਂਟਰ ਹੈ ਬਹੁਤ ਵੱਡਾ, 1942 ਦੇ ਵਿੱਚ ਉਹਨਾਂ ਨੇ ਲੈਂਡ ਬਾਏ ਕੀਤੀ ਸੀ, ਤੇ ਜਿਹੜੇ ਜੂਇਸ਼ ਸੀ ਉਸ ਵੇਲੇ ਬੜੇ ਥੋੜੇ ਸਨ, ਜਿਹੜੇ 1942 ਦੇ ਵਿੱਚ ਜਦੋਂ ਜਰਮਨੀ ਦੇ ਵਿੱਚ ਹਿਟਲਰ ਮਾਰ ਰਿਹਾ ਸੀ, ਉਸ ਵੇਲੇ ਉੱਥੋਂ ਜਾਨ ਬਚਾ ਕੇ ਭੱਜ ਕੇ ਆਏ। ਉਹਨਾਂ, ਮੈਂ ਬੜੀ ਕਮਾਲ ਦੀ ਗੱਲ ਉਹਨਾਂ ਦੇ ਵਿੱਚ ਦੇਖੀ, ਮੈਂ ਉਹਨਾਂ ਦੇ ਜਿਹੜੇ ਰਬਾਈ ਸੀ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਹਾਊ ਕਮ ਦੇ ਬੌਟ ਦਾ ਲੈਂਡ ਫੋਰ ਅ ਸਿਨੇਗਾਗ ਐਂਡ ਜੂਇਸ਼ ਕਮਿਊਨਿਟੀ ਸੈਂਟਰ। ਕਹਿੰਦਾ, ਮਿਸਟਰ ਸਿੰਘ, ਦਾ ਥਿੰਗ ਇਜ਼, ਜੂਇਸ਼ ਕਮਿਊਨਿਟੀ ਵੇਅਰ ਐਵਰ ਦੇ ਵੈਂਟ ਫਰੋਮ ਜਰਮਨੀ, ਉਹਨਾਂ ਨੇ ਦੇਖਿਆ ਕਿ ਸਾਨੂੰ ਇਸ ਕਰਕੇ ਮਾਰ ਪਈ ਹੈ ਕਿ ਅਸੀਂ ਅਲੱਗ ਹਾਂ, ਅਸੀਂ ਯਹੂਦੀ ਹਾਂ, ਸਾਨੂੰ ਧਰਮ ਕਰਕੇ ਮਾਰ ਪਈ ਹੈ। ਜਿੱਥੇ ਵੀ ਗਏ ਹਾਂ ਅਸੀਂ ਆਪਣਾ ਘਰ ਬਣਾਉਣ ਤੋਂ ਪਹਿਲਾਂ ਅਸੀਂ ਆਪਣੀ ਰਿਲੀਜੀਅਸ ਇੰਸਟੀਚਿਊਟ ਖੜੀ ਕੀਤੀ ਹੈ, ਤਾਂ ਕਿ ਸਾਡੇ ਘਰ ਬਣਨ ਨਾ ਬਣਨ ਪਰ ਸਾਡਾ ਕਲਚਰ ਤੇ ਸਾਡਾ ਧਰਮ ਬਚਿਆ ਰਹੇ। ਉਹ ਘਰਾਂ ਦੇ ਵਿੱਚ ਨਹੀਂ ਬਚ ਸਕਦਾ, ਉਹ ਸੈਂਟਰਸ ਦੇ ਵਿੱਚ ਬਚ ਸਕਦਾ, ਸੈਂਟਰ ਦੇ ਵਿੱਚੋਂ ਪ੍ਰੇਰਣਾ ਮਿਲਦੀ ਹੈ। ਬਿਲਕੁਲ ਸਹੀ। ਸੋ ਆਈ ਵਾਜ਼ ਸੋ ਮੱਚ ਮੂਵਡ ਬਾਏ ਦ ਨੋਸ਼ਨ ਕਿ ਸਾਡੀ ਕਮਿਊਨਿਟੀ ਨੇ ਵੀ, ਤੁਸੀਂ ਦੇਖ ਲਓ ਜਿੱਥੇ ਵੀ ਖਾਸ ਕਰਕੇ ਸਿੱਖ ਕਮਿਊਨਿਟੀ ਗਈ ਹੈ, ਚਾਹੇ ਵੈਦਰ ਇਨ ਦਿਸ ਕੰਟਰੀ, ਕੈਨੇਡਾ, ਇੰਗਲੈਂਡ। ਮੈਨੂੰ ਯਾਦ ਹੈ ਕਿ ਜਦੋਂ ਪਹਿਲੇ ਪਹਿਲੇ ਸਿੱਖ ਜਿਹੜੇ ਸਨ, ਇੱਕ ਹੋਰ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸਾਂ ਕਿ 1890 ਚ ਜਿਹੜਾ ਪਹਿਲਾ ਸਿੱਖ ਆਇਆ ਸੀ ਉਹ ਮਲੇਸ਼ੀਆ ਤੋਂ, ਉਹ ਗ੍ਰੰਥੀ ਸੀ ਗੁਰਦੁਆਰਾ ਸਾਹਿਬ ਦਾ ਜਿਹੜਾ ਲੋਸ ਏਂਜਲਸ ਆਇਆ ਸੀ, ਉਹਨੇ ਆ ਕੇ ਫਿਰ ਉਹ ਜਦੋਂ ਵਾਪਸ ਗਏ ਜਾ ਕੇ ਉਹਨਾਂ ਨੇ ਫਿਰ ਸਿੱਖਾਂ ਨੂੰ ਦੱਸਿਆ, ਬਾਕੀ ਦੇ ਹਿੰਦੁਸਤਾਨੀਆਂ ਨੂੰ ਦੱਸਿਆ ਜਿਹਦੇ ਵਿੱਚ ਮੁਸਲਮਾਨ ਸੀ, ਹਿੰਦੂ ਸਨ, ਕਿ ਅਮੈਰੀਕਾ ਇੱਕ ਹੈ ਧਰਤੀ ਜਿੱਥੇ ਬੜੀਆਂ ਜੋਬਸ ਨੇ, ਜਿੱਥੇ ਬਹੁਤ ਕੁਛ ਕੀਤਾ ਜਾ ਸਕਦਾ। ਖੈਰ, ਹੈਵਿੰਗ ਸੈਡ ਦਿਸ, ਉਹਨਾਂ ਨੂੰ ਉਸ ਵੇਲੇ 50 ਸੈਂਟ ਮਿਲਦੇ ਸਨ ਦਿਹਾੜੀ ਦੇ, ਤੇ 50 ਸੈਂਟ ਦੇ ਵਿੱਚੋਂ ਉਹ 20 ਸੈਂਟ ਜਿਹੜੇ ਸੀ ਉਹ ਆਪਣੀ ਰਿਲੀਜੀਅਸ ਇੰਸਟੀਟਿਊਸ਼ਨ ਲਈ ਕੱਢਦੇ ਸੀ। ਹੈਰਾਨ ਇਹ ਹੋਵੋਗੇ ਤੁਸੀਂ ਕਿ ਉਸ ਵੇਲੇ ਜਿਹੜੇ ਹਿੰਦੂ, ਮੁਸਲਮਾਨ ਤੇ ਸਿੱਖ, ਇਹਨਾਂ ਤਿੰਨਾਂ ਨੇ ਇਕੱਠੇ ਹੋ ਕੇ ਜਿਹੜਾ ਗੁਰਦੁਆਰਾ ਸਟਾਕਟਨ ਸੀ ਨਾ, ਇਹ ਬਣਾਇਆ ਸੀ। ਇਕੱਲੇ ਸਿੱਖਾਂ ਨੇ ਨੀ ਬਣਾਇਆ ਸੀ, ਕਿਉਂਕਿ ਸਾਰੇ ਇਕੱਠੇ ਰਹਿੰਦੇ ਸਨ, ਕਿਉਂਕਿ ਸਿੱਖਾਂ ਦੇ ਵਿੱਚ ਸੱਚੇ ਪਾਤਸ਼ਾਹ ਦੀ ਇਹ ਬਖਸ਼ਿਸ਼ ਹੈ ਕਿ ਇੱਕ ਜ਼ੀਲ ਹੁੰਦੀ ਹੈ, ਗੁਰੂ ਨਾਲ ਪਿਆਰ ਹੈ, ਤੇ ਸੇਵਾ ਦਾ ਉਤਸ਼ਾਹ ਜੋ ਹੁਣ ਵੀ ਤੁਸੀਂ ਦੇਖ ਰਹੇ ਹੋ, ਇਹ ਕੋਈ ਨਵਾਂ ਨਹੀਂ ਹੈ ਕਿ ਜੇ ਸਰਕਾਰਾਂ ਬੰਦ ਪਈਆਂ ਨੇ ਹਿੰਦੁਸਤਾਨ ਦੇ ਵਿੱਚ, ਇਹ ਗੁਰਦੁਆਰਾ ਸੀਸਗੰਜ ਤੇ ਬੰਗਲਾ ਸਾਹਿਬ ਜਿਹੜੇ ਨੇ ਲੱਖਾਂ ਲੋਕਾਂ ਨੂੰ ਰੋਜ਼ ਲੰਗਰ ਖਵਾ ਰਹੇ ਨੇ। ਨਿਊਯਾਰਕ ਦੇ ਵਿੱਚ 30,000 ਬੰਦਿਆਂ ਦਾ ਹਰ ਰੋਜ਼ ਲੰਗਰ ਤਿਆਰ ਹੋ ਰਿਹਾ। ਇਹ ਕਿਤੇ ਗੁਰੂ ਦੀ ਕੋਈ ਅਗੰਮੀ ਬਖਸ਼ਿਸ਼ ਹੈ ਇਸ ਕੌਮ ਦੇ ਉੱਤੇ, ਇਸ ਨੇਸ਼ਨ ਦੇ ਉੱਤੇ, ਜਿਹੜੀ ਅਜੇ ਵੀ ਇਸ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇ ਰਹੀ ਹੈ। ਇਹ ਕਿੱਥੋਂ ਆਉਂਦੇ ਨੇ ਸਿੰਘ, ਕੌਣ ਨੇ ਇਹ ਸਿੰਘ, ਇਹ ਸਾਡੇ ਪਰਿਵਾਰਾਂ ਦੇ ਵਿੱਚੋਂ ਨਿਕਲੇ ਹੋਏ ਬੰਦੇ ਆ, ਪਰ ਕਿਸੇ ਨੂੰ ਪ੍ਰੇਰਣਾ ਮਿਲ ਜਾਂਦੀ ਹੈ, ਕਿਉਂਕਿ ਇਹ ਸਾਡੇ ਜਿਹੜੇ ਇਹ ਰੂਟਸ ਨੇ ਨਾ, ਇਹ ਸਾਰੇ ਸਾਡੇ ਇਤਿਹਾਸ ਦੇ ਵਿੱਚੋਂ ਮਿਲਦੇ ਨੇ। ਜਦੋਂ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਸੀ, ਲਾਹੌਰ ਦੇ ਵਿੱਚ ਕਾਲ ਪੈ ਗਿਆ, ਬਿਮਾਰੀ ਪੈ ਗਈ, ਉਸ ਵੇਲੇ ਗਵਰਨਮੈਂਟ ਵੀ ਲਾਹੌਰ ਤੋਂ ਭੱਜ ਗਈ, ਜਿੰਨੇ ਇੰਸਟੀਟਿਊਸ਼ਨ ਸੀ ਉਹ ਵੀ ਚਲੀਆਂ ਗਈਆਂ। ਗੁਰੂ ਅਰਜਨ ਸਾਹਿਬ ਨੇ ਕੀ ਕੀਤਾ ਕਿ ਜਿੰਨੀ ਉਹਨਾਂ ਦੀ ਮੈਡੀਕਲ ਟੀਮ ਉਸ ਵੇਲੇ ਸੀ,
ਉਹਨਾਂ ਨੂੰ ਨਾਲ ਲਿਆ, ਸਿੱਖਾਂ ਨੂੰ ਨਾਲ ਲਿਆ ਤੇ ਜਾ ਕੇ ਲਾਹੌਰ ਡੇਰਾ ਲਾ ਲਿਆ। ਜਿਹੜੇ ਉਸ ਵੇਲੇ ਰੁੜ ਰਹੇ ਸੀ, ਜਿਹਨਾਂ ਨੂੰ ਕੋਈ ਪੁੱਛਦਾ ਕੋਈ ਨਹੀਂ ਸੀ, ਫਿਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਸਿੱਖ ਨਹੀਂ ਸੀ, ਮੁਸਲਮਾਨ ਤੇ ਹਿੰਦੂ ਜ਼ਿਆਦਾ ਸੀ, ਘੱਟ ਸਿੱਖ ਸੀ। ਇਹ ਨਹੀਂ ਕਿ ਸਿੱਖਾਂ ਦੇ ਲਈ ਗਏ ਸੀ, ਮਨੁੱਖਤਾ ਦੇ ਲਈ ਗਏ ਸੀ। ਸਿੱਖ ਜਿਹੜਾ ਹੈ ਉਹ ਸਿਰਫ ਸਿੱਖਾਂ ਦੇ ਲਈ ਨਹੀਂ ਖੜਾ, ਇਹ ਮਨੁੱਖਤਾ ਦੇ ਲਈ ਖੜਾ। ਇੱਕ ਮੈਂ ਹੋਰ ਇੱਥੇ ਜਾਂਦਾ ਜਾਂਦਾ ਇੱਕ ਗੱਲ ਹੋਰ ਕਹਿ ਦਿਆਂ। ਮੈਂ ਕੱਲ ਹੀ ਕਿਸੇ ਦੀ ਰਿਪੋਰਟ ਪੜ੍ਹ ਰਿਹਾ ਸਾਂ, ਕਹਿੰਦੇ ਦੇਖੋ 1984 ਦੇ ਵਿੱਚ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਨੂੰ ਮਾਰਨ ਵਾਸਤੇ ਲੱਭਿਆ ਜਾ ਰਿਹਾ ਸੀ। 84 ਚ ਸਿੱਖਾਂ ਨੂੰ ਮਾਰਨ ਵਾਸਤੇ ਲੱਭਿਆ ਜਾ ਰਿਹਾ ਕਿ ਸਿੱਖ ਦਾ ਘਰ ਕਿਹੜਾ ਹੈ। ਅੱਜ ਸਿੱਖ ਲੱਭ ਰਹੇ ਨੇ ਕਿ ਕਿਹੜਾ ਘਰ ਹੈ ਜਿਹਦੇ ਚ ਭੁੱਖਾ ਬੈਠਾ ਤੇ ਅਸੀਂ ਰੋਟੀ ਦੇ। ਕੀ ਬਾਤ, ਸਹੀ ਗੱਲ। ਹਾਂ, ਸੋ ਇਹ ਇੱਕ ਗੁਰੂ ਦੀ ਬਖਸ਼ਿਸ਼ ਹੈ। ਜਿਹੜੀ ਗੱਲ ਤੁਸੀਂ ਪੁਆਇੰਟ ਤੁਸੀਂ ਲਿਆਂਦਾ ਕਿ ਜਿਹੜੀਆਂ ਗੁਰਦੁਆਰੇ ਦੀਆਂ ਜਿਹੜੀਆਂ ਰਿਲੀਜੀਅਸ ਇੰਸਟੀਟਿਊਸ਼ਨਸ ਨੇ, ਚਾਹੇ ਉਹ ਸਾਡੇ ਦੂਜੇ ਕਮਿਊਨਿਟੀ ਦੇ ਭੈਣ ਭਰਾ ਨੇ, ਚਾਹੇ ਉਧਰੋਂ ਜਿਹੜੇ ਆਏ ਆ ਮੰਦਿਰ ਨੇ ਜਾਂ ਮਸੀਤਾਂ ਨੇ, ਇੱਕ ਗੱਲ ਸਾਨੂੰ ਇਹ ਸਿੱਖਾਂ ਨੂੰ ਇਹ ਕਰਨੀ ਪੈਣੀ ਹੈ। ਅੱਜ ਨਹੀਂ ਤੇ ਕੱਲ ਸਿਨੇਗਾਗਸ ਨੇ, ਖਾਸ ਕਰਕੇ ਜਿਹੜੇ ਮਿਡਲ ਈਸਟਰਨ ਮੋਸਕਸ ਨੇ, ਚਰਚਸ ਨੇ, ਇਹਨਾਂ ਦੇ ਇੰਡਾਉਮੈਂਟਸ ਫੰਡਸ ਬਹੁਤ ਨੇ, ਇਹਨਾਂ ਦੇ ਕੋਲ ਇਨਵੈਸਟਮੈਂਟਸ ਬਹੁਤ ਨੇ। ਇੱਕ ਇੱਕ ਪ੍ਰੀਸਟ ਦੀ ਜਿਹੜੀ ਸੈਲਰੀ ਹੈ ਉਹ 100,000 ਤੋਂ ਉੱਤੇ ਦੀ ਹੁੰਦੀ ਹੈ। ਹਾਂਜੀ, ਕਿਉਂਕਿ ਸਾਡੀ ਤਾਂ ਅਸੀਂ ਇੰਟਰਫੇਥ ਚ ਇਨਵੋਲਵ ਹਾਂ ਤੇ ਇਸ ਕਰਕੇ ਸਾਨੂੰ ਪਤਾ ਹੈ ਤੇ ਸਾਡੇ ਵਿਚਾਰ ਵੀ ਸਾਂਝੇ ਹੁੰਦੇ ਹੈ ਤੇ ਕਈ ਵਾਰੀ ਆਪ ਉੱਥੇ ਬੈਠੇ ਹੋਏ ਤੇ ਸਿਰ ਝੁਕਾ ਕੇ ਜੇ ਬੈਠੇ ਹੋਏ ਤਾਂ ਕਿਤੇ ਸਾਨੂੰ ਨਾ ਪੁੱਛ ਲੈਣ। ਖੈਰ, ਮੈਂ ਆਪਣੇ ਆਪ ਨੂੰ ਬੜਾ ਭਾਗਸ਼ੀਲ ਸਮਝਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਰਗੀ ਸੰਸਥਾ ਦੇ ਵਿੱਚ ਹਾਂ ਜਿੱਥੇ ਮੈਨੂੰ ਤੇ ਇਸ ਗੱਲ ਦੀ ਘਾਟ ਨਹੀਂ ਹੈ, ਮੈਨੂੰ ਤੇ ਇਸ ਗੱਲ ਦੀ ਸ਼ਿਕਾਇਤ ਨਹੀਂ ਹੈ। ਹਾਂਜੀ, ਤੇ ਜਿਹੜੇ ਅਸੀਂ ਇੱਥੇ ਇਨਵੋਲਵ ਹੈਗੇ ਹਾਂ ਕਿ ਜਿਹਨਾਂ ਨੇ ਸਾਨੂੰ ਸਾਰਾ ਕੁਛ ਪ੍ਰੋਵਾਈਡ ਕੀਤਾ ਹੈ, ਪਰ ਸਾਡੀ ਬਾਕੀ ਜਿਹੜੇ ਗੁਰਦੁਆਰੇ ਨੇ ਉਹ ਚੱਲਦੇ ਨੇ ਡੇ ਟੂ ਡੇ ਫੰਕਸ਼ਨਿੰਗ ਦੇ ਉੱਤੇ। ਸੰਗਤ ਆਉਂਦੀ ਹੈ, ਮੱਥਾ ਟੇਕਦੀ ਹੈ, ਚੜਾਵਾ ਚੜਾਉਂਦੀ ਹੈ, ਉਹਦੇ ਵਿੱਚੋਂ ਗੁਰਦੁਆਰੇ ਦੀ ਮੋਰਗੇਜ ਨਿਕਲਦੀ ਹੈ, ਉਹਦੇ ਵਿੱਚੋਂ ਹੀ ਭਾਈ ਸਾਹਿਬ ਦੀਆਂ ਤਨਖਾਹਾਂ ਨਿਕਲਦੀਆਂ ਨੇ। ਹਾਂਜੀ, ਪਰ ਇਸ ਵੇਲੇ ਜਿਹੜਾ ਇੱਕ ਬੜਾ ਅਜੀਬ ਜਿਹਾ ਸਮਾਂ ਹੈ ਤੇ ਇਸ ਸਮੇਂ ਦੇ ਵਿੱਚ ਜਿੱਥੇ ਜਿਹੜੇ ਸਾਡੇ ਜਨਰਲ ਸਿੱਖ ਨੇ ਜਿਹਨਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਬਹੁਤ ਤਾਂ ਉਹ ਨੇ ਜਿਹੜੇ ਜੌਬ ਵੀ ਗਵਾ ਚੁੱਕੇ ਆ, ਇਸ ਵੇਲੇ ਘਰਾਂ 'ਚ ਬੈਠੇ ਆ। ਹਾਂਜੀ, ਪਰ ਹੈਗੇ ਨੇ ਬਹੁਤ ਜਿਹੜੇ ਅਫੋਰਡ ਕਰ ਸਕਦੇ ਆ, ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਉਹਨਾਂ ਨੂੰ ਆਪਣੀਆਂ ਜਿੱਥੇ ਜਿੱਥੇ ਹੈਗੇ ਨੇ ਜਿਸ ਜਿਸ ਇੰਸਟੀਟਿਊਸ਼ਨ ਦੇ ਵਿੱਚ ਉਹ ਇਨਵੋਲਵ ਨੇ, ਜੇ ਉਹਨਾਂ ਦੀ ਸੇਵਾ ਕਰਕੇ ਹੋਰ ਵੀ ਉਹਨਾਂ ਦੀ ਸਮਰੱਥਾ ਬਣਦੀ ਹੈ, ਬਾਕੀ ਇੰਸਟੀਟਿਊਸ਼ਨ ਦੇਖਣ ਉਹਨਾਂ ਦੀ ਸੇਵਾ ਕਰਨ। ਦੂਜੀ ਗੱਲ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹ ਹੈ ਕਿ ਸਾਡੀਆਂ ਜਿਹੜੇ ਅਸੀਂ ਪਿੱਛੋਂ ਆਏ ਹਾਂ, ਇੰਡੀਆ ਤੋਂ ਆਏ ਹਾਂ, ਅਸੀਂ ਇੱਥੇ ਬਿਜ਼ਨਸ ਲਾਜ ਸਿੱਖੇ, ਬਿਜ਼ਨਸ ਕਿਵੇਂ ਕਰਨਾ, ਇਕਨੋਮਿਕ ਲਾਜ ਸਿੱਖੇ, ਟ੍ਰੈਫਿਕ ਲਾਜ ਸਿੱਖੇ, ਸੋਸ਼ਲ ਲਾਜ ਸਿੱਖੇ, ਅਸੀਂ ਬਾਕੀ ਸਾਰੇ ਕੰਮ ਉਸ ਢੰਗ ਨਾਲ ਕਰਦੇ ਹਾਂ, ਪਰ ਅਸੀਂ ਗੁਰਦੁਆਰਾ ਪਿੰਡਾਂ ਦੇ ਪੰਚਾਇਤਾਂ ਵਾਂਗੂ ਚਲਾਉਣੇ, ਸਰਪੰਚਾਂ ਵਾਂਗੂ। ਅਸੀਂ ਇਹ ਨਹੀਂ ਸਿੱਖਦੇ ਜਾ ਕੇ ਕਿ ਉਹ ਚਰਚ ਕਿਵੇਂ ਰਨ ਕਰ ਰਹੇ ਨੇ ਜਾਂ ਸਿਨੇਗਾ ਕਿਵੇਂ ਰਨ ਕਰ ਰਹੇ ਨੇ, ਫਾਈਨੈਂਸ਼ਲੀ ਮੈਂ ਗੱਲ ਕਰ ਰਿਹਾ, ਫਾਈਨੈਂਸ਼ਲੀ ਕਿਵੇਂ ਰਨ ਕਰ ਰਹੇ ਨੇ। ਅਸੀਂ ਜਿਹੜੇ ਸਾਡੇ ਤਕਰੀਬਨ ਸੇਵਾਦਾਰ ਗੁਰਦੁਆਰੇ ਚ ਰੱਖੇ ਹੁੰਦੇ ਨੇ, ਦੇ ਆਰ ਅੰਡਰ ਪੇਡ। ਅੰਡਰਪੇਡ ਕਿਉਂ ਹੁੰਦਾ ਹੈ ਕਿ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਕਿ ਇਹਨਾਂ ਦੀ ਤਨਖਾਹ ਇੰਨੀ ਕੁ ਰੱਖੋ, ਉੱਤੋਂ ਬਹੁਤ ਹੋ ਜਾਂਦੀ ਹੈ। ਪਰ ਹੁਣ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ ਤਨਖਾਹ ਦੇ ਨਾਲ ਉੱਤੋਂ ਤੇ ਫਿਰ ਕੋਰੋਨਾ ਵਾਇਰਸ ਹੀ ਹੈ ਹੁਣ ਅੱਜ। ਇਹ ਗੱਲ ਸਹੀ ਹੈ ਜੀ, ਤੇ ਉਹ ਵਿਚਾਰੇ ਹੁਣ, ਕਿਉਂਕਿ ਮੈਂ ਜੇ ਆਪਣਾ ਦੇਖਾਂ, ਕੁਲਦੀਪ ਸਿੰਘ ਤੇ ਮੋਨੀ ਜੀ, ਮੇਰੇ ਜੂਨ ਤੱਕ ਦੇ ਸਾਰੇ ਪ੍ਰੋਗਰਾਮ ਕੈਂਸਲ ਹੋ। ਬਿਲਕੁਲ, ਜੇ ਕੋਈ ਆਨੰਦ ਕਾਰਜ ਸੀ, ਕੋਈ ਗ੍ਰੈਜੂਏਸ਼ਨ ਦੇ ਕੀਰਤਨ ਸੀ, ਕੋਈ ਵੈਸੇ ਕੀਰਤਨ ਕਰਵਾਉਣੇ ਸੀ, ਕਈਆਂ ਨੇ ਕਰ ਲੈਣੇ ਸੀ, ਜਿਹੜੇ ਜੂਨ ਤੱਕ ਪੂਰੇ ਵੀਕ ਬੁੱਕ ਹੋਏ ਹੋਏ ਸੀ ਉਹ ਸਭ ਕੈਂਸਲ ਹੋ ਗਏ। ਤੇ ਚਲੋ, ਉਹ ਇਸ ਗੱਲ ਦੀ ਪ੍ਰਤੀ ਅੰਡਰਸਟੈਂਡਿੰਗ ਹੈਗੀ ਹੈ, ਕਿਉਂਕਿ ਲੋਕੀ ਔਖੇ ਵਕਤ ਦੇ ਵਿੱਚੋਂ ਦੀ ਲੰਘ ਰਹੇ ਨੇ। ਮੈਂ ਸੈਲਫਿਸ਼ ਹੋ ਕੇ ਨਹੀਂ ਸੋਚ ਰਿਹਾ, ਪਰ ਰਿਐਲਿਟੀ ਇਹ ਹੈ ਕਿ ਫਾਈਨੈਂਸ਼ਲੀ ਇਟ ਵਿਲ ਬੀ ਅ ਲੋਟ ਆਫ ਬਰਡਨ ਹੋਏਗਾ ਟੂ ਟੂ ਮੀਟ ਦ ਨੀਡਸ ਆਫ ਹਾਊਸ ਹੋਲਡ, ਕਿ ਘਰ ਦੇ ਖਰਚੇ ਜਿਹੜੇ ਨੇ ਸਾਡੀ ਕਮਿਊਨਿਟੀ ਦਾ,
ਇਹ ਇੱਕ ਫਰਜ਼ ਬਣਦਾ ਹੈ ਕਿ ਆਪਣੀਆਂ ਇੰਸਟੀਟਿਊਸ਼ਨਸ ਦਾ ਖਿਆਲ ਰੱਖਣ। ਜੇ ਇੱਕ ਹੋਰ ਮੈਂ ਗੱਲ ਕਹਾਂ, ਸਾਡੀਆਂ ਇੰਸਟੀਟਿਊਸ਼ਨਸ ਤੋਂ ਪਤਾ ਲੱਗਦਾ ਕਿ ਸਾਡੀ ਕਮਿਊਨਿਟੀ ਕਿੰਨੀ ਸਟਰੋਂਗ ਹੈ। ਜਿੰਨੀਆਂ ਸਾਡੀਆਂ ਇੰਸਟੀਟਿਊਸ਼ਨਸ ਵੀਕ ਹੋਣਗੀਆਂ, ਇਹ ਸਾਡੀ ਕਮਿਊਨਿਟੀ ਦੀ ਪਿਕਚਰ ਦਿਖਾਉਣਗੀਆਂ ਕਿ ਕਮਿਊਨਿਟੀ ਕਿੰਨੀ ਕਮਜ਼ੋਰ ਹੈ। ਬਿਲਕੁਲ ਸਹੀ ਗੱਲ, ਐਗਰੀ। ਹਾਂਜੀ, ਸੋ ਇਹਨਾਂ ਨੂੰ ਸਟਰੋਂਗ ਕਰਨਾ, ਇਹਨਾਂ ਨੂੰ ਮਜ਼ਬੂਤ ਕਰਨਾ ਸਮਾਂ ਭਾਵੇਂ ਚੈਲੇਂਜਿੰਗ ਹੈ, ਪਰ ਜਿਹੜੇ ਵੀ ਅਸੀਂ ਅਫੋਰਡ ਕਰ ਸਕਦੇ ਹਾਂ ਤੇ ਜਿਨ੍ਹਾਂ ਦੇ ਅੰਦਰ ਜ਼ੀਲ ਹੈ ਸੇਵਾ ਕਰਨ ਦੀ, ਦਿਸ ਇਜ਼ ਦਾ ਟਾਈਮ ਟੂ ਸਪੋਰਟ ਯੋਰ ਇੰਸਟੀਟਿਊਸ਼ਨ, ਸਪੋਰਟ ਯੋਰ ਗੁਰਦੁਆਰੇ। ਕਿ ਮੈਂ ਹੁਣ ਘਰ ਹੈ ਸਾਡਾ, ਮੇਰਾ ਘਰ ਹੈ, ਮੈਂ ਇਹ ਚਾਹਾਂਗਾ ਕਿ ਜੇ ਮੈਂ ਬੈਂਕਰਪਟ ਹੋ ਜਾਵਾਂ, ਸੋ ਵੀ ਇਟ, ਪਰ ਮੈਂ ਗੁਰਦੁਆਰੇ ਨੂੰ ਬੈਂਕਰਪਟ ਨਹੀਂ ਹੋਣ ਦੇਣਾ, ਮੈਂ ਗੁਰੂ ਘਰ ਨੂੰ ਬੈਂਕਰਪਟ ਨਹੀਂ ਹੋਣ ਦੇਣਾ। ਸੋ ਇਹ ਹੋਏਗਾ ਵੀ ਨਹੀਂ, ਇਹ ਹੋਏਗਾ ਵੀ ਨਹੀਂ। ਬੜੇ ਪਿਆਰ ਵਾਲੇ, ਬੜੇ ਸ਼ਰਧਾ ਵਾਲੇ, ਬੜੇ ਸਮਰਪਣ ਵਾਲੇ ਗੁਰਸਿੱਖ ਬੈਠੇ ਨੇ, ਬੜੇ ਸੇਵਾ ਵਾਲੇ ਬੈਠੇ ਨੇ, ਥਾਂ ਥਾਂ ਤੇ ਬੈਠੇ ਨੇ, ਤੇ ਉਹਨਾਂ ਨੂੰ ਹੁਣ ਸਿਰਫ ਅੱਗੇ ਆਉਣ ਦੀ ਜ਼ਰੂਰਤ ਹੈ, ਤਾਂ ਕਿ ਆਪਣੀਆਂ ਇੰਸਟੀਟਿਊਸ਼ਨਸ ਦਾ ਤੇ ਜਿਹੜੇ ਉੱਥੇ ਸੇਵਾਦਾਰ ਬੈਠੇ ਨੇ ਉਹਨਾਂ ਦਾ ਉਹ ਖਿਆਲ ਰੱਖ ਸਕਣ। ਬਿਲਕੁਲ ਬਿਲਕੁਲ ਸਹੀ ਕਿਹਾ। ਜਿਹੜੇ ਵੱਡੇ ਆਪਣੇ ਸਿੰਘ ਨੇ ਜਾਂ ਜਿਹੜੇ ਡੋਨੇਸ਼ਨ ਵਾਲੇ ਨੇ ਜਾਂ ਉਹ ਤੇ ਹੈਗੇ ਨੇ, ਲੇਕਿਨ ਇੱਕ ਆਮ ਬੰਦਾ, ਇੱਕ ਮਿਡਲ ਕਲਾਸ ਜਾਂ ਆਮ ਬੰਦਾ ਜਿਵੇਂ ਗੁਰਦੁਆਰੇ ਜਾ ਕੇ ਡਾਲਰ, ਦੋ ਡਾਲਰ, ਪੰਜ ਡਾਲਰ ਮੱਥਾ ਟੇਕਦਾ, ਗੁਰਦੁਆਰਿਆਂ ਦੀ ਕੋਈ ਐਸੀ ਵੈਬਸਾਈਟ ਹੋਏਗੀ, ਪੇਪੈਲ ਹੋਏਗੀ, ਕਿ ਉਹ ਭਾਵੇਂ ਡਾਲਰ ਡੋਨੇਟ ਕਰਨ, ਪੰਜ ਡਾਲਰ ਆਪਣੀ ਸ਼ਰਧਾ ਦੇ ਹਿਸਾਬ ਨਾਲ ਡੋਨੇਟ ਕਰਨ, ਲੇਕਿਨ ਮਕਸਦ ਇਹ ਕਹਿੰਦਾ ਕਿ ਹਰ ਬੰਦਾ ਇਸ ਟਾਈਮ ਗੁਰਦੁਆਰੇ ਔਰ ਇਹਨਾਂ ਸੰਸਥਾਵਾਂ ਦੀ ਵੀ ਸਪੋਰਟ ਕਰੇ। ਆ ਹੈਗਾ ਜੇ ਉਹ ਫਾਈਨੈਂਸ਼ਲੀ ਓਕੇ ਨੇ ਤਾਂ ਬਿਲਕੁਲ। ਨਾਲੇ ਇਹ ਵੀ ਕਹਿਣਾ ਵਾਜਬ ਹੈ ਕਿ ਜਿਹੜੇ ਸਾਡੇ ਗੁਰਦੁਆਰੇ ਨੇ, ਸਾਡੀਆਂ ਇੰਸਟੀਟਿਊਸ਼ਨਸ ਨੇ, ਇਹ ਸਿਰਫ ਮੱਥਾ ਟੇਕਣ ਦੇ ਥਾਂ ਨਹੀਂ ਹੈਗੇ। ਇੱਕ ਗੁਰਦੁਆਰਾ ਹੈ ਜਿੱਥੇ ਅਸੀਂ ਆ ਕੇ ਜ਼ਿੰਦਗੀ ਦਾ ਬਹੁਤ ਕੁਛ ਸਿੱਖਦੇ ਹਾਂ। ਮੈਨੂੰ ਇੱਥੇ ਸੇਵਾ ਕਰਦਿਆਂ ਤਕਰੀਬਨ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ 22 ਸਾਲ ਹੋ ਗਏ ਨੇ। ਲੋਕੀ ਕੰਮਾਂ ਤੋਂ ਥੱਕੇ ਟੁੱਟੇ ਆਉਂਦੇ ਨੇ, ਲਾਈਫ ਦੀਆਂ ਆਪਣੀਆਂ ਫਰਸਟ੍ਰੇਸ਼ਨਸ ਹੁੰਦੀਆਂ ਨੇ, ਅੰਦਰ ਬਹੁਤ ਕੁਛ ਚੱਲ ਰਿਹਾ ਹੁੰਦਾ ਹੈ। ਗੁਰਦੁਆਰੇ ਆ ਕੇ ਜਦੋਂ ਗੁਰੂ ਦੀ ਬਾਣੀ ਸੁਣਦੇ ਹੈ, ਕੋਈ ਵਿਚਾਰ ਸੁਣਦੇ ਹੈ, ਸੇਵਾ ਕਰਦੇ ਹੈ, ਤੇ ਅੰਦਰ ਉਹਨਾਂ ਨੂੰ ਇੱਕ ਸਪੇਸ ਮਿਲ ਜਾਂਦੀ ਹੈ, ਇੱਕ ਟਿਕਾਣਾ ਮਿਲ ਜਾਂਦਾ, ਇੱਕ ਠਾਹਰ ਮਿਲਦੀ ਹੈ, ਹਾਂਜੀ, ਆਸਰਾ ਮਿਲਦਾ ਹੈ। ਦੂਜਾ, ਬੱਚਿਆਂ ਨੂੰ ਆਪਣੇ ਧਰਮ ਵਾਲੇ ਬਾਰੇ ਜਾਣਨ ਦਾ, ਆਪਣੇ ਵਿਰਸੇ ਬਾਰੇ ਜਾਣਨ ਦਾ ਇੱਕ, ਇਹਦੋਂ ਵੱਡਾ ਹੋਰ ਕੋਈ ਮੌਕਾ ਹੈ ਨਹੀਂ। ਬਿਲਕੁਲ, ਇਹਦੋਂ ਵੱਡਾ ਹੋਰ ਕੋਈ ਥਾਂ ਹੈ ਨਹੀਂ। ਸਾਡੇ ਆਪਣੇ ਗੁਰਦੁਆਰੇ ਦੇ ਵਿੱਚ ਵੀ ਪੰਜਾਬੀ ਸਕੂਲ ਹੈ, ਵੱਖਰੀ ਬਿਲਡਿੰਗ ਬਣੀ ਹੋਈ ਹੈ, ਉੱਤੇ ਮਿਲੀਅਨ ਪਲੱਸ ਡਾਲਰ ਲਾ ਕੇ ਉਹ ਬਿਲਡਿੰਗ ਬਣਾਈ ਸੰਗਤ ਦੇ ਸਹਿਯੋਗ ਨਾਲ, ਤਾਂ ਕਿ ਬੱਚਿਆਂ ਨੂੰ ਪੜ੍ਹਨ ਲਈ ਇੱਕ ਚੰਗਾ ਮਾਹੌਲ ਮਿਲ ਸਕੇ, ਹੈਂਜੀ। ਸੋ ਸਾਡੇ ਗੁਰਦੁਆਰੇ ਜਿਹੜੇ ਨੇ, ਇਹ ਮਲਟੀਪਰਪਜ਼ ਗੁਰਦੁਆਰੇ ਨੇ, ਜਿੱਥੇ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ, ਸੇਵਾ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਕੀਰਤਨ ਸਿੱਖਦੇ ਹਾਂ, ਪੰਜਾਬੀ ਸਿੱਖਦੇ ਹਾਂ, ਤੇ ਹੋਰ ਜਿਹੜੀਆਂ ਕਮਿਊਨਿਟੀ ਦੀਆਂ ਇੰਨੀਆਂ ਐਕਟੀਵਿਟੀਜ਼ ਨੇ ਸਾਰੀਆਂ ਗੁਰਦੁਆਰੇ ਤੋਂ ਸ਼ੁਰੂ ਹੁੰਦੀਆਂ, ਤੇ ਇਹਨੂੰ ਮਜ਼ਬੂਤ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਬਿਲਕੁਲ, ਇਹੀ ਮਕਸਦ ਸੀਗਾ ਅੱਜ ਭਾਈ ਸਾਹਿਬ ਤੁਹਾਨੂੰ ਇਸ ਸ਼ੋਅ 'ਤੇ ਲੈ ਕੇ ਆਉਣ ਲਈ, ਕਿ ਇਸ ਔਖੇ ਸਮੇਂ 'ਚ ਜੋ ਅਸੀਂ ਹਾਂ, ਜੋ ਸਾਡੀ ਪਹਿਚਾਣ ਹੈ ਔਰ ਜਿਹੜੀ ਚੀਜ਼ ਸਾਡੀ ਪਹਿਚਾਣ ਰੱਖੀ ਹੈ ਇਸ ਦੁਨੀਆ 'ਚ, ਅਸੀਂ ਉਹਨੂੰ ਡਗਮਗਾਨ ਨਾ ਦਈਏ, ਉਹਦਾ ਪੂਰਾ ਪੂਰਾ ਸਹਿਯੋਗ ਦਈਏ ਜਿੰਨੀ ਸਾਡੀ ਗੁੰਜਾਇਸ਼ ਹੈ। ਇਹੀ ਮਕਸਦ ਸੀਗਾ ਸਾਡਾ ਅੱਜ ਸ਼ੋਅ ਕਰਨ ਦਾ। ਚਲੋ, ਥੈਂਕ ਯੂ ਸੋ ਮੱਚ। ਅਤੇ ਚਲੋ, ਜਾਂਦਿਆਂ ਜਾਂਦਿਆਂ ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਜਿਹੜੇ ਸਰੋਤੇ ਆ, ਹਾਂਜੀ, ਕਿ ਭਾਈ ਜਿਹੜੇ ਬੰਦੇ ਤੁਸੀਂ ਇਹਨੂੰ ਹੋਕਸ ਨਾ ਸਮਝੋ, ਵੀ ਐਵੇਂ ਹੀ ਹੈ ਇਹ ਵਿਚਾਰੇ। ਮੈਂ ਦੇਖ ਰਿਹਾ ਸੀ ਇਟਲੀ ਦੇ ਵਿੱਚ ਤਕਰੀਬਨ 70 ਡਾਕਟਰ ਜਿਹੜੇ ਨੇ ਉਹ ਜਾਨ ਗੁਆ ਚੁੱਕੇ ਹੈ ਸਿਰਫ ਸੇਵਾ ਕਰਦਿਆਂ ਕਰਦਿਆਂ। ਨਿਊਯਾਰਕ ਦੇ ਵਿੱਚ, ਇੰਗਲੈਂਡ ਦੇ ਵਿੱਚ, ਬਾਕੀ ਸਾਰੇ ਦੇਸ਼ਾਂ ਦੇ ਵਿੱਚ, ਯੂ ਨੋ, ਜਿਹੜੇ ਹੈਲਥ ਵਰਕਰਸ ਨੇ, ਡਾਕਟਰਸ ਨੇ, ਉਹ ਜਾਨਾਂ ਗਵਾ ਰਹੇ ਨੇ, ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆਂ ਪਲੀਜ਼ ਉਹ ਜਿਹੜੀਆਂ ਇੰਸਟਰਕਸ਼ਨਸ ਬਾਹਰੋਂ ਮਿਲਦੀਆਂ ਨੇ ਉਹਨਾਂ ਨੂੰ ਫਾਲੋ ਕਰੋ, ਤਾਂ ਕਿ ਇਹ ਰੋਗ ਫੈਲੇ ਨਾ, ਹਾਂਜੀ। ਤੇ ਨਾਲ ਮੈਂ ਕਹਾਂਗਾ ਕਿ ਓਨੀਆਂ ਕੁ ਖ਼ਬਰਾਂ ਦੇਖੋ ਜਿੰਨੀਆਂ ਕੁ ਤੋਂ ਜਾਣਕਾਰੀ ਮਿਲ ਸਕੇ ਵੀ ਕੀ ਕਰਨਾ ਚਾਹੀਦਾ ਹੈ। ਉਸ ਤੋਂ ਵੱਧ ਜਿਹੜਾ ਫਰਸਟ੍ਰੇਸ਼ਨ ਪੈਦਾ ਹੁੰਦੀ ਹੈ, ਤੁਸੀਂ ਦੇਖ ਲਓ ਕਿ ਜੀ ਉੱਥੇ ਕੁਛ ਹੋ ਰਿਹਾ ਜੀ, ਉੱਥੇ ਹੈ ਕੁਛ ਹੋ ਰਿਹਾ ਜੀ, ਅਸੀਂ ਇੰਪੈਕਟ ਤਾਂ ਪਾ ਨਹੀਂ ਸਕਦੇ, ਫਰਸਟ੍ਰੇਟ ਹੋ ਜਾਂਦੇ। ਬਿਲਕੁਲ, ਤੋ ਘੱਟ ਤੋਂ ਘੱਟ ਤੁਸੀਂ ਉਹ ਦੇਖੋ
ਦੂਜਾ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ, ਉਹਨਾਂ ਨੂੰ ਸਾਖੀਆਂ ਸੁਣਾਓ, ਹੈ ਜੀ। ਉਹਨਾਂ ਨੂੰ ਜੇ ਕਿਤੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਔਖਾ ਸਮਾਂ ਆਇਆ ਹੋਵੇ ਤੇ ਉਹਨੂੰ ਤੁਹਾਡੇ ਬਜ਼ੁਰਗਾਂ ਨੇ ਕਿਵੇਂ ਹੰਢਾਇਆ, ਕਿਵੇਂ ਉਹਦੇ ਚੋਂ ਬਾਹਰ ਨਿਕਲੇ, ਉਹੋ ਜਿਹੀਆਂ ਸਾਖੀਆਂ ਸੁਣਾਓ। ਜਾਂ ਗੁਰੂ ਦੀਆਂ ਸਾਖੀਆਂ ਕਿ ਕਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਦਿੱਲੀ ਦੇ ਵਿੱਚ ਜਿਹਨੂੰ ਸਮਾਲ ਪਾਕਸ ਕਹਿੰਦੇ ਆ ਫੈਲੀ ਸੀ, ਉਸ ਵੇਲੇ ਚੇਚਕ ਫੈਲੀ ਸੀ ਤੇ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣਾ ਜੀਵਨ ਵੀ ਦਾਅ ਤੇ ਲਾ ਕੇ ਤੇ ਮਨੁੱਖਤਾ ਦੀ ਕਿੱਦਾਂ ਸੇਵਾ ਕੀਤੀ। ਐਨਕਰੇਜਮੈਂਟ ਦਿਓ ਤੇ ਚੜ੍ਹਦੀ ਕਲਾ ਦੀਆਂ ਗੱਲਾਂ ਸੁਣਾਓ, ਬਾਣੀ ਪੜ੍ਹਾਓ, ਹੈਂਜੀ, ਤੇ ਮੈਡੀਟੇਸ਼ਨ ਕਰਾਓ। ਇੱਕ ਦੂਜੀ ਗੱਲ ਜਿਹੜੀ ਹੈ ਉਹ ਅਖੀਰ ਤੇ ਉਹ ਇਹ ਕਿ ਅਰਦਾਸ ਜ਼ਰੂਰ ਕਰੋ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਤੇ ਸਾਰੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ, ਕਿਉਂਕਿ ਸਾਡਾ ਇਹ ਗੁਰੂ ਨਾਨਕ ਸਾਨੂੰ ਸਿਖਾਏ ਇਹ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਵਾਹਿਗੁਰੂ, ਸਾਰੇ ਜੀਵਾਂ ਦਾ ਤੂੰ ਦਾਤਾ ਹੈ, ਸਭਨਾ ਜੀਆਂ ਦਾ ਇੱਕ ਦਾਤਾ ਹੈ, ਤੇ ਬਖਸ਼ਿਸ਼ ਕਰ ਕਿ ਸਭ ਸਾਰੇ ਜੀਵ ਸੁਖੀ ਵਸਣ ਤੇ ਇਸ ਬਿਮਾਰੀ ਦਾ ਇਲਾਜ ਜਿਹੜੇ ਐਕਸਪਰਟਸ ਨੇ ਇਹ ਲੱਭ ਸਕਣ ਤੇ ਇਹੀ ਮਨੁੱਖਤਾ ਦੇ ਉੱਤੇ ਪਰ ਉਪਕਾਰ ਹੋਏਗਾ। ਥੈਂਕ ਯੂ ਫੋਰ ਕਾਲਿੰਗ ਮੀ ਔਨ ਦ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗੇ ਭਾਈ ਗੁਰਦਰਸ਼ਨ ਸਿੰਘ ਜੀ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੈਂਡ ਗੁਰਦੁਆਰੇ 'ਚ ਸੇਵਾ ਕਰਦੇ ਨੇ। ਸੋ ਐਸੇ ਸਮੇਂ 'ਚ ਜਿਵੇਂ ਤੁਹਾਡੇ ਪ੍ਰੀਸਟ ਜਾਂ ਪੰਡਿਤ ਜਾਂ ਰਾਗੀ ਨੇ, ਦੇ ਆਰ ਵੈਰੀ ਇੰਪੋਰਟੈਂਟ ਪੀਪਲ, ਕਿਉਂਕਿ ਜਦੋਂ ਕੁਛ ਨਹੀਂ ਰਹਿੰਦਾ ਤਾਂ ਗੁਰਦੁਆਰਾ ਸਾਹਿਬ ਰਹਿ ਜਾਂਦਾ ਅਤੇ ਭਾਈ ਸਾਹਿਬ ਰਹਿ ਜਾਂਦੇ ਨੇ। ਜਦੋਂ ਦੁੱਖ ਤਕਲੀਫ ਹੁੰਦੀ ਹੈ ਜਾਂ ਖੁਸ਼ੀ ਹੁੰਦੀ ਹੈ, ਨਵੀਂ ਗੱਡੀ ਤੋਂ ਲੈ ਕੇ ਨਵੀਂ ਚੀਜ਼ਾਂ ਤੋਂ ਲੈ ਕੇ ਅਸੀਂ ਗੁਰਦੁਆਰੇ ਭੱਜੇ ਨੱਠੇ ਜਾਂਦੇ ਹਾਂ, ਇਨਸਾਨ ਦੇ ਪੈਦਾ ਹੋਣ ਤੋਂ ਲੈ ਕੇ ਇਨਸਾਨ ਦੇ ਮਰਨ ਤੱਕ। ਹਾਂ, ਅਤੇ ਇਸ ਟਾਈਮ ਦੇ ਵਿੱਚ ਵੀ ਆਈ ਨੋ ਕਿ ਫਾਈਨੈਂਸ਼ੀਅਲ ਬਹੁਤ ਸਾਰੇ ਲੋਕ ਸਟਰੋਂਗ ਨਹੀਂ ਨੇ, ਪਰ ਜਿਹੜੇ ਹੈਗੇ ਨੇ ਉਹ ਡੋਨੇਸ਼ਨਸ ਜਿਹੜੀਆਂ ਨੇ ਉਹ ਰਾਈਟ ਪਲੇਸ 'ਤੇ ਤਾਂ ਦੇਣ ਹੀ ਦੇਣ, ਜਿੱਥੇ ਜਿੱਥੇ ਤੁਹਾਡਾ ਦਿਲ ਕਰਦਾ, ਜਿਹੜੀ ਸੰਸਥਾ ਨੂੰ ਦੇਣਾ ਚਾਹੁੰਦੇ ਹੋ, ਲੇਕਿਨ ਗੁਰਦੁਆਰਿਆਂ ਨੂੰ ਨਾ ਭੁੱਲੋ। ਅਤੇ ਜੀ, ਇਹ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਇਹਨਾਂ ਦੀ ਵੈਬਸਾਈਟ 'ਤੇ ਜਾ ਸਕਦੇ ਹੋ ਔਰ ਡੋਨੇਸ਼ਨ ਦੇ ਸਕਦੇ ਹੋ, ਜਾਂ ਜਿਹੜੇ ਜਿਹੜੇ ਗੁਰਦੁਆਰੇ, ਮੰਦਰ, ਮਸਜਿਦ ਤੁਸੀਂ ਜਿੱਥੇ ਜਿੱਥੇ ਜਾਂਦੇ ਹੋ, ਸਾਰਿਆਂ ਦੀ ਵੈਬਸਾਈਟ ਹੋਏਗੀ, ਸਾਰਿਆਂ ਕੋਲ ਪੇਪੈਲ ਅਕਾਊਂਟ ਹੋਏਗਾ, ਔਰ ਉਹਨਾਂ ਦੀ ਕਮੇਟੀ ਨੂੰ ਪੁੱਛੋ, ਬਿਕੋਜ਼ ਗੈਟ ਇਨਵੋਲਵਡ। ਇਸ ਵਕਤ ਸਾਡਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਸਾਡੀ ਇੱਕੋ ਪਹਿਚਾਣ ਰਹਿ ਗਈ ਹੈ, ਜੇ ਜਿਵੇਂ ਭਾਈ ਸਾਹਿਬ ਨੇ ਕਿਹਾ ਜੇ ਉਹੀ ਡਗਮਗਾ ਗਈ ਤਾਂ ਅਸੀਂ ਸਾਰੇ ਡਗਮਗਾ ਜਾਵਾਂਗੇ, ਕਿਉਂਕਿ ਐਂਡ ਆਫ ਦਾ ਡੇ ਜਦੋਂ ਕੋਈ ਤਕਲੀਫ ਹੁੰਦੀ ਤਾਂ ਬੰਦਾ ਸੋਚਦਾ ਯਾਰ ਮੈਂ ਗੁਰਦੁਆਰੇ ਚਲਾ ਜਾਊਂਗਾ ਜਾਂ ਗੁਰਦੁਆਰੇ ਜਾ ਕੇ ਮੈਨੂੰ ਕੋਈ ਹੈਲਪ ਮਿਲੇਗੀ। ਤਾਂ ਸਾਡਾ ਉਹੀ ਸਥਾਨ ਹੈਗਾ, ਗੁਰੂ ਸਾਡਾ ਇੱਕ ਹੈਗਾ, ਇੱਕ ਨਿਸ਼ਾਨ ਸਾਹਿਬ ਥੱਲੇ ਆਓ, ਇੱਕ ਗੁਰੂ ਦੇ ਥੱਲੇ ਆਓ, ਅਤੇ ਇਹੀ ਅਰਦਾਸ ਕਰਾਂਗੇ। ਅਰਦਾਸ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਮਹਾਰਾਜ ਜਿਵੇਂ ਕਿਹਾ ਸਰਬੱਤ ਦਾ ਭਲਾ ਹੋਵੇ। ਸੋ ਜਿੰਨੀ ਸੰਸਥਾਵਾਂ ਨੇ ਗੁਰਦੁਆਰਾ ਸਾਹਿਬ ਜਾਂ ਮੰਦਰ ਜਾਂ ਚਰਚ, ਆਈ ਅੰਡਰਸਟੈਂਡ ਤੁਹਾਡੇ ਕੋਲ ਬਹੁਤ ਫੰਡਸ ਨੇ, ਲੇਕਿਨ ਅਗਰ ਤੁਸੀਂ ਆਪਣੀ ਐਡ ਬਣਾਓ ਔਰ ਸਾਡੇ ਸਾਨੂੰ ਦਿਓ ਮਾਈ ਟੀ ਵੀ 'ਤੇ, ਅਸੀਂ ਉਹਨੂੰ ਫ੍ਰੀ ਚਲਾਵਾਂਗੇ ਜਦ ਤੱਕ ਅਸੀਂ ਇਸ ਪੈਂਡਮਿਕ ਨਾਲ ਜਾਂ ਕਰੋਨਾ ਵਾਇਰਸ ਦੇ ਨਾਲ ਪੂਰੀ ਤਰ੍ਹਾਂ ਲੜ ਨਹੀਂ ਲੈਂਦੇ। ਇਹ ਸਾਡਾ ਕਮਿਟਮੈਂਟ ਮਾਈ ਟੀ ਵੀ ਦੀ ਟੀਮ ਦਾ ਤੁਹਾਡੇ ਨੂੰ ਹੈ ਕਿ ਜੋ ਜਿੱਥੇ ਜਿੱਥੇ ਹੈ ਅਸੀਂ ਉਹਨਾਂ ਨੂੰ, ਲੋਕਾਂ ਨੂੰ ਗਾਈਡ ਕਰਾਂਗੇ ਕਿ ਬਈ ਆਹ ਕਰੋ। ਸੋ ਬਾਕੀ ਅੱਗੇ ਜਿਹੜੀ ਵੀ ਕੰਟਰੀ ਦਾ ਗੁਰਦੁਆਰਾ ਹੈਗਾ ਜਾਂ ਮੰਦਿਰ ਹੈ ਜਾਂ ਮਸਜਿਦ ਹੈ, ਆਪਣੀ ਗੁਰਦੁਆਰੇ, ਮੰਦਿਰ, ਮਸਜਿਦ ਦੀ ਫੋਟੋ ਭੇਜੋ ਔਰ ਆਪਣੀ ਵੈਬਸਾਈਟ ਦਾ ਲਿੰਕ ਭੇਜੋ ਜਾਂ ਫਿਰ ਡੋਨੇਸ਼ਨ ਦਾ ਲਿੰਕ ਭੇਜੋ, ਅਸੀਂ ਉਹ ਇਨਕਲੂਡ ਕਰਾਂਗੇ ਨਾਲ। ਕਿ ਇਹ ਦਿਮਾਗ ਦੇ ਵਿੱਚ ਇੱਕ ਆਈਡੀਆ ਸੀਗਾ, ਕ੍ਰੈਡਿਟ ਗੋਸ ਟੂ ਕੁਲਦੀਪ ਗਿੱਲ, ਕਿ ਅਸੀਂ ਇੰਨੇ ਸਾਰੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਬੜੀਆਂ ਨਿਊਜ਼ ਦੇਖੀਆਂ, ਲੇਕਿਨ ਇਸ ਚੀਜ਼ ਨੂੰ ਲੈ ਕੇ ਕੋਈ ਨਿਊਜ਼ ਨਹੀਂ ਸੀਗੀ ਕਿ ਇਹ ਸਾਰੇ ਗੁਰਦੁਆਰੇ, ਮੰਦਰ, ਮਸਜਿਦ ਕਿਵੇਂ ਚੱਲਣਗੇ। ਅਸੀਂ ਸਭ ਕੁਛ ਕਰ ਲੈਂਦੇ ਹਾਂ, ਲੇਕਿਨ ਅਸੀਂ ਸਮਹਾਉ ਗੁਰਦੁਆਰੇ, ਗੁਰੂ ਆਪਣੇ ਜਿਹੜੇ ਰਿਲੀਜੀਅਸ ਪਲੇਸਿਸ ਨੇ ਔਰ ਰਿਲੀਜੀਅਸ ਜਿਹੜੇ ਕੰਮ ਕਰਦੇ ਨੇ, ਜਿਹੜੇ ਕਿ ਮੋਸਟ ਇੰਪੋਰਟੈਂਟ ਲੋਕ ਨੇ, ਅਸੀਂ ਉਹਨਾਂ ਨੂੰ ਪਿੱਛੇ ਛੱਡ ਜਾਂਦੇ। ਸੋ ਆਪਾਂ ਨੂੰ ਇਸ ਟਾਈਮ ਸਾਰਿਆਂ ਨੂੰ ਨਾਲ ਮਿਲਣਾ ਚਾਹੀਦਾ, ਜਿਵੇਂ ਮੈਂ ਤੁਹਾਨੂੰ ਕਿਹਾ, ਆਪਣੀ ਵੈਬਸਾਈਟਸ, ਆਪਣੀ ਐਡ ਬਣਾ ਕੇ ਭੇਜੋ, ਜਦ ਤੱਕ ਇਹ ਹੈ ਤਦ ਤੱਕ ਅਸੀਂ ਤੁਹਾਨੂੰ ਫ੍ਰੀ ਪਲੈਟਫਾਰਮ ਪ੍ਰੋਵਾਈਡ ਕਰਾਂਗੇ। ਜੇ ਕਰੋਨਾ ਵਾਇਰਸ, ਮੈਂ ਤਾਂ ਚਾਹੁੰਦੀ ਹਾਂ ਕਿ ਜਲਦ ਤੋਂ ਜਲਦ ਖਤਮ ਹੋਵੇ, ਲੇਕਿਨ ਮਾਈ ਟੀ ਵੀ ਵੱਲੋਂ ਅਸੀਂ ਇਹ ਉਪਰਾਲਾ, ਸਾਡੇ ਵੱਲੋਂ ਇੱਕ ਛੋਟਾ ਜਿਹਾ ਇਨਪੁੱਟ ਹੈਗਾ ਕਿ ਅਸੀਂ ਤੁਹਾਡੇ ਜਿਹੜੇ ਵੀ ਧਾਰਮਿਕ ਪਲੇਸਿਸ ਨੇ ਉਹਨਾਂ ਦੀ ਫੋਟੋਜ਼ ਭੇਜੋ ਅਲੋਂਗ ਵਿਦ ਲਿੰਕਸ, ਕਿ ਵੈਬਸਾਈਟ ਜਾਂ ਡੋਨੇਸ਼ਨ ਲਿੰਕ, ਤਾਂ ਕਿ ਅਸੀਂ ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਨਾਲ ਸਾਂਝੀ ਕਰ ਸਕੀਏ ਔਰ ਜਿਹੜੇ ਵਾਹਿਗੁਰੂ ਦੀ ਮਿਹਰ ਨਾਲ ਫਾਈਨੈਂਸ਼ਲੀ
ਸਟਰੋਂਗ ਨੇ ਤੇ ਉਹ ਉੱਥੇ ਜ਼ਰੂਰ ਜ਼ਰੂਰ ਇਹੀ ਟਾਈਮ ਹੈ ਦਿਸ ਇਜ਼ ਅ ਰਾਈਟ ਟਾਈਮ ਤੁਸੀਂ ਹਮੇਸ਼ਾ ਕਰਦੇ ਹੋ ਲੇਕਿਨ ਇਸ ਟਾਈਮ ਹੁਣ ਵੱਧ ਚੜ ਕੇ ਆਓ ਇਹ ਰਾਈਟ ਟਾਈਮ ਹੈ ਕਿ ਹਿਊਮੈਨਿਟੀ ਨੂੰ ਬਹੁਤ ਲੋੜ ਹੈ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਕਿਉਂਕਿ ਕੋਈ ਦੇਖਿਆ ਨਾ ਦੇਖੇ ਗੁਰੂ ਜ਼ਰੂਰ ਦੇਖ ਰਿਹਾ ਤੁਹਾਨੂੰ ਬਿਲਕੁਲ ਔਰ ਇਹੀ ਟਾਈਮ ਐਕਚੁਅਲੀ ਮੈਂ ਕਹਾਂਗੀ ਕਿ ਇਹ ਨਾ ਵੇਖੋ ਹਿੰਦੂ ਮੁਸਲਿਮ ਸਿੱਖ ਹੈ ਕੀ ਹੈ ਇੱਕ ਦੂਸਰੇ ਨੂੰ ਬਚਾਓ ਜਿੱਥੇ ਲੋੜ ਹੈ ਇੱਕ ਦੂਸਰੇ ਨੂੰ ਉੱਥੇ ਉਹਨਾਂ ਦੇ ਨਾਲ ਖੜੇ ਵੀ ਹੋਵੋ ਲੇਕਿਨ ਬੀ ਸਮਾਰਟ ਯੂ ਨੋ ਆਪਣੀ ਕੇਅਰ ਜ਼ਰੂਰ ਕਰੋ ਜਿਹੜੇ ਗਲਵਸ ਨੇ ਜਾਂ ਜਿਹੜੇ ਗੇਅਰਸ ਨੇ ਇਹ ਨਾ ਹੋਵੇ ਤੁਸੀਂ ਵਿਸਾਖੀ 13 ਅਪ੍ਰੈਲ ਦੀ ਆ ਰਹੀ ਤੇ ਤੁਸੀਂ ਕਹੋ ਕਿ ਜੀ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਪਲੀਜ਼ ਡੋਨਟ ਡੂ ਦੈਟ ਪਲੀਜ਼ ਫਾਲੋ ਦ ਲਾਸ ਲਾਸ ਕਿਹਾ ਗਿਆ ਪਲੀਜ਼ ਡਿਸਟੈਂਸ ਰੱਖੋ ਮਹਾਰਾਜ ਹਰ ਪਾਸੇ ਨੇ ਭਾਈ ਸਾਹਿਬਾਂ ਨਾਲ ਫੋਨ ਤੇ ਕੰਟੈਕਟ ਕਰ ਲਓ ਅੱਜ ਕੱਲ੍ਹ ਮੈਂ ਦੇਖਿਆ ਕੱਲ੍ਹ ਮੈਂ ਭਾਈ ਗੁਰਦਰਸ਼ਨ ਸਿੰਘ ਦੀ ਰਹਿਰਾ ਸਾਹਿਬ ਮੈਂ ਖੁਦ ਆਨਲਾਈਨ ਜਾ ਕੇ ਸੁਣਿਆ ਸੀ ਆਨਲਾਈਨ ਜਾ ਕੇ ਸੁਣਿਆ ਆ ਉਸ ਇਨ ਦਾ ਮਾਈਂਡ ਇਹ ਵੀ ਸੀਗਾ ਕਿ ਥੋੜੀ ਸ਼ਾਂਤੀ ਮਿਲੀ ਕਿਉਂਕਿ ਸਟ्रेस ਸੀਗੀ ਇਨੀ ਸਾਰੀ ਨਿਊਜ਼ ਦੇਖ ਦੇਖ ਕੇ ਦਿਮਾਗ ਖਰਾਬ ਹੋ ਜਾਂਦਾ ਹੈ ਜਾਂ ਥੋੜਾ ਜਿਹਾ ਡਾਊਟ ਹੋ ਜਾਂਦਾ ਕਿ ਵਟ ਹੈਪਨਡ ਅਗਰ ਕੋਈ ਨਾ ਬਚਿਆ ਕੀ ਕਰਾਂਗੇ ਸੋ ਇਹ ਸੋਚ ਕੇ ਥੋੜ੍ਹਾ ਜਿਹਾ ਫਿਰ ਅਸੀਂ ਰਿਲੈਕਸ ਹੋਏ ਜਦੋਂ ਅਸੀਂ ਗੁਰਬਾਣੀ ਸੁਣੀ ਜਾਂ ਜੋ ਵੀ ਤੁਸੀਂ ਸੁਣਦੇ ਹੋ ਜਿਹੜੀ ਵੀ ਲੈਂਗੁਏਜ 'ਚ ਤੁਸੀਂ ਆਪਣਾ ਪਾਠ ਪੂਜਾ ਕਰਦੇ ਹੋ ਉਹ ਕਰੋ ਪਰ ਗੁਰੂ ਦੇ ਨਾਲ ਜ਼ਰੂਰ ਜੁੜੋ ਅਤੇ ਹੁਣ ਜਾਂਦੇ ਜਾਂਦੇ ਕੁਲਦੀਪ ਕੋਈ ਹੋਰ ਮੈਸੇਜ ਦੇਣਾ ਚਾਹੋਗੇ ਕਿਉਂਕਿ ਮੈਂ ਭਾਈ ਨਿਰਮਲ ਸਿੰਘ ਜੀ ਦਾ ਸ਼ਬਦ ਇੱਕ ਸਾਂਝਾ ਕਰਨਾ ਚਾਹਾਂਗੇ ਸਾਡੀ ਆਡੀਅੰਸ ਨਾਲ ਬਸ ਇਹ ਕਿ ਇਹੋ ਜਿਹੇ ਲੋਕ ਭਾਈ ਨਿਰਮਲ ਸਿੰਘ ਵਰਗੇ ਭਾਈ ਗੁਰਦਰਸ਼ਨ ਸਿੰਘ ਜੀ ਵਰਗੇ ਹੋਰ ਵੀ ਬਥੇਰੇ ਲੋਕ ਹੋਣਗੇ ਇਹ ਕੌਮ ਦੇ ਹੀਰੇ ਨੇ ਲੈਟਸ ਸੇਵ ਦੈਮ ਤਾਂ ਕਿ ਸਾਡੇ ਬੱਚਿਆਂ ਨੂੰ ਇਹਦਾ ਫਾਇਦਾ ਹੋ ਸਕੇ ਜੇ ਸਾਨੂੰ ਨਹੀਂ ਹੋ ਪਾ ਰਿਹਾ ਜਾਂ ਅਸੀਂ ਬਜ਼ੁਰਗ ਹੋ ਰਹੇ ਹਾਂ ਤਾਂ ਐਟਲੀਸਟ ਸਾਡੀ ਆਉਣ ਵਾਲੀ ਪਨੀਰੀ ਹੈ ਉਹ ਡੈਫੀਨੇਟਲੀ ਇਸ ਧਰੋਹਰ ਨੂੰ ਸੰਭਾਲ ਕੇ ਰੱਖਣ ਅਤੇ ਸਾਨੂੰ ਇਹੋ ਜਿਹੇ ਟੀਚਰਸ ਇਹੋ ਜਿਹੇ ਗੁਰੂ ਔਰ ਸਾਨੂੰ ਇਹੋ ਜਿਹੇ ਗੁਰਦੁਆਰੇ ਚਾਹੀਦੇ ਨੇ ਜਿਹੜੇ ਕਿ ਸਾਨੂੰ ਤਾਂ ਸੰਭਾਲਣ ਹੀ ਸੰਭਾਲਣ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਸੰਭਾਲਣ ਸੋ ਜੀ ਮੋਨੀ ਗਿੱਲ ਵੱਲੋਂ ਅਤੇ ਕੁਲਦੀਪ ਗਿੱਲ ਵੱਲੋਂ ਅਸੀਂ ਅਲਵਿਦਾ ਲੈਂਦੇ ਹਾਂ ਅਤੇ ਜਾਂਦੇ ਜਾਂਦੇ ਤੁਹਾਡੇ ਨਾਲ ਕੁਝ ਸ਼ਬਦ ਸਾਂਝਾ ਕਰ ਦਈਏ ਸ਼ਬਦ ਰੇਡੀਓ ਤੇ ਪਲੀਜ਼ ਇੰਜੋਏ ਕਰੋ ਤੇ ਫੇਸਬੁੱਕ ਆਡੀਅੰਸ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. My name is